ਜਸਪਿੰਝਾ ਵੀ ਦੇਖਦੇ ਹੋਏ ਸਾਇਦ ਅਸ਼ਕਰ ਨੂੰ ਮੇਰੇ ਵੱਲੋਂ ਪਿਆਰੀ ਸਿਸਟਰੀ ਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅਜਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਮੈਂ ਤੋਂ ਹੋਸਟ ਹਰਜੋਤ ਸੇ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲੇ ਹੈਪੀ ਫਰਡੇ ਬਹੁਤ ਹੀ ਇੰਟੈਂਸ ਵੀਕ ਰਹਾ ਹੈ ਐਂਡ ਸਿਰਫ ਇੱਕ ਹੋਰ ਹਫਤਾ ਰਹਿ ਗਿਆ ਇਸ ਕੰਟਰੀ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਮੈਂ ਤੁਹਾਡੇ ਨਾਲ ਪੂਰਾ ਹਫਤਾ ਤੁਹਾਨੂੰ ਇੱਕ ਇੱਕ ਖਬਰ ਨੂੰ ਲੈ ਕੇ ਇਸ ਚੀਜ਼ ਬਾਰੇ ਅਪਡੇਟਸ ਦਿੰਦੀ ਆ ਰਹੀਆਂ ਬਟ ਅੱਜ ਆਪਾਂ ਥੋੜਾ ਜਿਹਾ ਡਿਫਰੈਂਟ ਚੀਜ਼ ਕਰਾਂਗੇ ਤੁਹਾਡੇ ਨਾਲ ਮੈਂ ਚਾਹੁੰਦੀ ਆ ਕਿ ਅ ਮੇਰੇ ਨਾਲ ਤੇ ਹਰਜੋਤ ਨਾਲ ਤੁਸੀਂ ਕਾਲ ਕਰਕੇ ਸਾਨੂੰ ਇਹ ਦੱਸੋ ਕਿ ਕੀ ਤੁਹਾਡੇ ਮੇਨ ਮੁੱਦੇ ਹਨ ਇਸ ਇਲੈਕਸ਼ਨ ਨੂੰ ਲੈ ਕੇ ਤੇ ਕਿਹਦੇ ਲਈ ਤੁਸੀਂ ਵੋਟ ਪਾ ਰਹੇ ਹੋ ਨਾ ਅਗਰ ਤੁਸੀਂ ਆਲਰੇਡੀ ਵੋਟ ਪਾਤੀ ਹੈ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਬਿਕੋਜ਼ अर्ਲੀ VOTING ਨੂੰ ਲੈ ਕੇ ਤਾਂ ਬਹੁਤ ਹੀ ਵੱਡੇ ਲੈਵਲ ਤੇ ਤੁਸੀਂ ਕਹਿ ਲਓ ਰੈਕੋਰਡ ਲੈਵਲ ਤੇ ਟਰਨ ਆਊਟ ਆਲਰੇਡੀ ਹੋ ਚੁੱਕਿਆ ਹੈ ਅਮ ਕੱਲ ਰਾਤੀ ਡਿਬੇਟ ਹੋਈ ਸੀ ਦੀ ਫਾਈਨਲ ਡਿਬੇਟ ਬੀਟਵੀਨ ਪ੍ਰੈਜ਼ੀਡੈਂਟ ਟਰੰਪ ਐਂਡ ਕੈਂਡੀਡੇਟ ਜੋ ਬਾਈਡਨ ਆਈ ਥਿੰਕ ਅਮ ਉਹਦੇ ਬਾਰੇ ਅਪਾ ਅੱਜ ਥੋੜੀ ਜੀ ਗੱਲ ਦੇਆ देयर इज अ लॉट टू डिस्कस बट द डिबेट ओवरऑल काफी ਤੁਸੀਂ ਕਹਿ ਲੋ ਅਮ अनइंटरेस्टिंग ਜੀਸੀਜੀ ਆਈ ਗੈਸ ਲੋਕਾਂ ਨੂੰ ਆਦਤ ਪੈ ਗਈ ਹੈ ਪ੍ਰੈਜ਼ੀਡੈਂਟ 트াম্প ਦੇ ਥੋੜੇ ਜਿਹਾ ਥੀਏਟ੍ਰਿਕਸ ਉਹਨਾਂ ਦੀ ਜੋ ਐਕਟਿੰਗ ਸਟਾਈਲ ਹੈਗਾ जिस तरह बोलते uh, जो uh, है जोर दी या कट ऑफ कर करते चीजा सू नहीं ओ, फायर वर्क नजर नहीं आए वह एनीमेष नजर नहीं आया इस करके लोगों थोड़ी जी uh, भावें बोरिंग को या भावें बड़ी टोन डाउन को बट इट वॉज अ सीरियस डिबेट इट वॉज अ गुड डिबेट जी पहली डिबेट से दैट वॉज एन अम्बेरसमेंट फॉर प्रेजिडेंट ट्रंप फॉर वाइस प्रेजिडेंट जो बइडन एंड फॉर द होल कंट्री फॉर द होल पोलिटिकल प्रोसेसडे वॉज अ मच बेटर डिबेट जिसमें डिबेटो आई वॉन्ट दैट प्रेजिडेंट ट्रंप यू नो भावे किस पास भी लीन कर दे सपोर्ट कर दे, या नहीं उन्होंने सपोर्ट कर दे Kal the debate, which President Trump, uh, the performance, um, uh, it was well received. Uh, lokane overall he said that, um, uh, jado President Trump thoda thande ho ke uh, interact karde debate uh, a format de which uh, mm -hmm. he is a, a better uh, candidate, apni ideas better present karde. I think Sanuay vekhnu milya kal. Uh, ਅਸ਼ਮਿਤ ਜੀ ਡੀ ਪ੍ਰੈਜ਼ੀਡੈਂਟ 트럼ਪ ਦੇ ਉਹਨਾਂ ਦੇ 4 ਸਾਲ ਦੇ ਰੂਲ ਵਿੱਚ ਸਭ ਤੋਂ ਵੱਡੀ ਜਿਹੜੀ ਉਹਨਾਂ ਦੇ ਖਿਲਾਫ ਸ਼ਿਕਾਇਤ ਰਹੀ ਹੈ ਲੋਕਾਂ ਦੀ ਉਹ ਉਹਨਾਂ ਦੀ ਪਾਲਿਸੀਜ਼ ਨੂੰ ਲੈ ਕੇ ਘੱਟ ਬਲਕਿ ਉਹਨਾਂ ਦਾ ਜਿਹੜਾ ਬਿਹੇਵੀਅਰ ਹੈਗਾ ਦੂਸਰਿਆਂ ਨੂੰ ਅਟੈਕ ਕਰਨਾ ਟਵਿੱਟਰ ਤੇ ਯੂ نو ਕਾਈਂਡ ਆਫ ਅਨਹਿੰਜਡ ਉਹ ਜਿਹੜੀ ਪਿਛਲੀ ਡਿਬੇਟ ਸੀ that was a representative of all that usne oh jehdi sari image hai gi na ki he has created chaos in this country aur you know indisciplined aadmi hai ge law nu respect nahi karde oh image create kiti right kal de jeh debate si unna da kam sega unna nu unna nu jo memo mile sega oh ahi sega ki tu jehdi image hai gi hai innu thoda ja mellow down karna hai is tu thoda theek karna hai Think he did a good job doing that yesterday, and I'm sure it helped that the um, official debate commission, which कि जो debate new organize कर दिया, rules, regulations बना ਉਹਨਾਂ ਨੇ ਕੱਲ ਇੱਕ 90 ਰੂਲ ਨੂੰ ਇਸਤੇਮਾਲ ਕੀਤਾ ਕਿ ਅਗਰ ਕੋਈ ਕੈਂਡੀਡੇਟ ਆਪਣੇ ਟਾਈਮ ਤੋਂ ਜ਼ਿਆਦਾ ਬੋਲਦਾ ਉਹਨਾਂ ਦਾ ਮਾਈਕ ਮਿਊਟ ਕੀਤਾ ਜਾਏਗਾ ਸੋ ਆਈ ਥਿੰਕ ਉਹਦੇ ਨਾਲ ਵੀ ਥੋੜੇ ਜੇ ਦੋਨੋਂ ਕੈਂਡੀਡੇਟਸ ਐਟ ਲੀਸਟ ਕੌਂਸ਼ੀਅਸਲੀ ਕੰਟਰੋਲ ਸੀਗੇ ਐਗਜ਼ੈਕਟਲੀ ਐਗਜ਼ੈਕਟਲੀ ਸੋ ਮੈਂ ਥੋੜੇ ਤੁਹਾਨੂੰ ਫੈਕਟਸ ਦੱਸਣਾ ਚਾਹੁੰਦੀ ਆ ਇਹ ਸਭ ਤੋਂ ਰੀਸੈਂਟ ਪੋਲਸ ਇਸ ਵੇਲੇ ਨੈਸ਼ਨ ਵਾਈਡ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਹਲਕੀ ਜੀ ਜੋ ਬਾਈਡਨ ਦੇ ਕੋਲ ਇਸ ਵੇਲੇ ਲੀਡ ਹੈ ਅ ਮੇ ਲੀਡ ਹੈ ਪਾਈ ਥਿੰਕ ਕਹਿ ਸਕਦੇ ਆ ਮੋਸਟ ਲਾਈਕਲੀ ਰਾਈਟ ਨਾਓ ਬਿਕੋਜ਼ ਜੋ अर्ਲੀ VOTING ਹੋ ਰਹੀ ਹੈ ਲਗਭਗ 50 ਮਿਲੀਅਨ ਅ ਲੋਕਾਂ ਨੇ ਆਪਣੀ ਵੋਟ ਆਲਰੇਡੀ ਕਾਸਟ ਕਰਤੀ ਹੈ ਸੋ far ਇਹ अर्ਲੀ VOTING ਡੈਮੋਕ੍ਰੇਟ ਸਾਈਡਸ ਨੂੰ ਬੈਨੇਫਿਟ ਦਿਖਾ ਰਹੀ ਹੈ ਖਾਸ ਕਰਕੇ ਸਵਿੰਗ ਸਟੇਟਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੋ ਸਵਿੰਗ ਸਟੇਟਸ ਹਨ ਉਹਦੇ ਵਿੱਚ ਡੈਮੋਕ੍ਰੇਟਸ ਦੀ ਇਸ ਵੇਲੇ अर्ਲੀ VOTING ਦੇ ਵਿੱਚ ਕਾਫੀ ਲੀਡ ਹੈ ਐਂਡ ਆਈ ਥਿੰਕ ਦ ਪੋਲਸ ਰਿਫਲੈਕਟ ਦਟ ਸੋ far ਜੀ ਅਸੀਂ ਆਪਣੇ ਵਿਊਜ਼ ਨੂੰ ਕੁਇਫਰ ਦੱਸ ਦਈਏ ਸਵਿੰਗ ਸੀਟ ਸਟੇਟਸ ਇਹ ਟਰਮ ਹੈ ਇਹ ਇਹ ਕੁ यूएस ਵਿੱਚ ਕੁਝ ਜਿਹੜੀ ਸਟੇਟਸ ਹੈਗੀਆਂ ਜਿਹੜੀ ਰਿਪਬਲਿਕਨ ਸਾਈਡ ਨੂੰ ਲੀਨ ਕਰਦੀਆਂ ਜਾਂ ਬੜੀ ਸਟਰੋਂਗਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਦੇ ਕੈਂਡੀਡੇਟਸ ਨੂੰ ਵੋਟ ਕਰਦੀ ਹੈ ਉਹਨਾਂ ਨੂੰ ਰੈੱਡ ਸਟੇਟਸ ਕਹਿੰਦੇ ਨੇ ਜਿਹੜੀ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਉਹਨਾਂ ਨੂੰ ਮੋਸਟਲੀ ਬਲੂ ਸਟੇਟਸ ਕਿਹਾ ਜਾਂਦਾ ਹੈ ਕੁਝ ਸਟੇਟਸ ਐਸੀ ਹੈਗੀਆਂ ਜੋ ਯੂ نو ਜੋ ਡਿਸਾਈਡ ਕਰਦੀਆਂ ਇਲੈਕਸ਼ਨਸ ਦੋਜ਼ ਆਰ ਕਾਲਡ ਸਵਿੰਗ ਸਟੇਟਸ ਉਹ ਕਿਸ ਪਾਸੇ ਸਵਿੰਗ ਕਰ ਜਾਂ ਉਹ ਜਿਹੜਾ ਕੈਂਡੀਡੇਟ ਹੈ ਉਹ ਜਿੱਤਦਾ ਹੈ इस बार जड़ी स्टेट्स जी ट्रडिशनली यू निपबलिकन रही हैं जिमें एरीजोना दैट इज़ बीइंग कंसीडर्ड एज अ स्विंग स्टेट फ्लोरिडा इज यू नो इट्स बीइंग कंसीडर्ड एज अ स्विंग स्टेट बड़ी इंपोर्टेंट है पहले भी बराक ओबामा ने जीती सी बट इस वेले बहुत ज़्यादा एक इंपॉर्टेंट स्टेट बनी हुई है फ्लोरिडा बिना किसी भी रिपब्लिकन प्रजीडेंट कैंडिडेट का जितना जड़ा बहुत ਬਹੁਤ ਔਕਾ ਹੁੰਦਾ ਹੈ ਯਾ ਆਈ ਅਗਰੀ ਅਮ ਸੋ ਡਿਬੇਟ ਨੂੰ ਲੈ ਕੇ ਕੁਝ ਵੱਡੇ ਪੁਆਇੰਟਸ ਜੋ ਅ ਕੱਲ ਸਾਨੂੰ ਸੁਣਨ ਨੂੰ ਮਿਲੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਇਸ ਡਿਬੇਟ ਤੋਂ ਅਗਰ ਤੁਸੀਂ ਹਲੇ ਵੀ ਅਨਡਿਸਾਈਡਡ ਵੋਟਰ ਹੋ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕਿਸ ਕੈਂਡੀਡੇਟ ਨੂੰ ਵੋਟ ਪਾਣੀ ਹੈ ਤੁਸੀਂ ਜ਼ਰੂਰ ਸਾਨੂੰ ਕਾਲ ਕਰਕੇ ਸ਼ੇਅਰ ਕਰੋ ਸਾਡੇ ਨਾਲ ਕਿ ਕੱਲ ਦੀ ਡਿਬੇਟ ਨੇ ਕੀ ਤੁਹਾਡਾ ਮਾਈਂਡ ਚੇਂਜ ਕੀਤਾ ਜਾਂ ਨਹੀਂ ਕੀਤਾ ਸਾਡੇ ਇਸ ਸ਼ੋਅ ਦੇ ਵਿੱਚ ਵਕ ਵਕ ਪੈਨਲਿਸਟਸ ਓਵਰ ði ਵੀਕ ਆ ਚੁੱਕੇ ਹਨ ਉਹਨਾਂ ਦੇ ਵਿੱਚ ਇੱਕ ਸਾਡੇ ਗੈਸਟ ਜੁੜੇ ਸਨ ਜਿਨ੍ਹਾਂ ਨੇ ਇਸ ਸਵਾਲ ਦਾ ਜਵਾਬ ਇਹੀ ਦਿੱਤਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਹੂ ਆਰ ਯੂ ਵੋਟਿੰਗ ਫੋਰ ਹੀ ਸੈਡ ਥੈਟ ਥਰਸਡੇ ਦੀ ਡਿਬੇਟ ਨੂੰ ਵਾਚ ਕਰਕੇ ਮੈਂ ਆਪਣਾ ਮਾਈਂਡ ਬਣਾਵਾਂਗਾ ਐਂਡ ਹੀ ਇਜ਼ ਨਾਟ ਅਲੋਨ ਅਮ देयर ਇਜ਼ ਅ ਲੋਟ ਆਫ ਅਨਡਿਸਾਈਡਡ ਵੋਟਰਸ ਅਮ ਜੋ ਇਸ ਇਲੈਕਸ਼ਨ ਦੇ ਵਿੱਚ ਹਲੇ ਵੀ ਦੇਖ ਰਹੇ ਕਿ ਕਿਸ ਪਾਸੇ ਉਹਨਾਂ ਨੇ ਆਪਣੀ ਵੋਟ ਪਾਣੀ ਹੈ ਐਂਡ ਆਈ ਥਿੰਕ ਦ ਬਿਗ ਥਿੰਗ ਜੋ ਤੁਸੀਂ ਕਹਿ ਰਹੇ ਸੀ ਇਜ਼ ਡੈਫੀਨਿਟਲੀ ਦਿਸ ਥੈਟ ਅਮ ਜੋ ਵੀ ਟਰੰਪ ਪਾਸੇ ਲੀਨ ਕਰ ਰਿਹਾ ਉਹਨਾਂ ਤੋਂ ਇਹੀ ਸਭ ਤੋਂ ਵੱਡੀ ਚੀਜ਼ ਸਾਨੂੰ ਨੂੰ ਮਿਲਦੀ ਹੈ that um ਉਹਨਾਂ ਦਾ ਬਿਹੇਵੀਅਰ ਸਾਨੂੰ ਚੰਗਾ ਨਹੀਂ ਲੱਗਦਾ ਆਪਾਂ ਉਹਦੀ ਐਕਸ਼ਨਸ ਨੂੰ ਨਹੀਂ ਕੰਡੋਨ ਕਰਦੇ ਬਟ 트ੰਪ ਦੀ ਪਾਲਿਸੀ ਸਾਨੂੰ ਬੈਨੀਫਿਟ ਕਰਦੀਆਂ ਸਾਨੂੰ ਚੰਗੀ ਲੱਗਦੀਆਂ ਇਸ ਕਰਕੇ ਸ਼ਾਇਦ ਸਾਡੀ ਵੋਟ ਉਹਦੇ ਪਿੱਛੇ ਜਾਊਗੀ um ਇੱਥੇ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਬਨੇ ਰਹੋ ਪ੍ਰੋਗਰਾਮ ਬਿਲਕੁਲ ਲਾਈਵ ਤੌਰ 'ਤੇ ਨਾਲ ਪੇਸ਼ ਕਰਦੇ ਰਹਾਂਗੇ ਬ੍ਰੇਕ ਉਸ ਬਾਅਦ ਬ੍ਰੇਕ ਤੋਂ ਬਾਅਦ ਸਾਨਿਆ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਸਾਡੀ ਗੱਲ ਅੱਜ ਇਹੀ ਹੋ ਰਹੀ ਹੈ ਕਿ ਤੁਸੀਂ ਕੱਲ ਦੀ ਡਿਬੇਟ ਤੋਂ ਬਾਅਦ ਕਿਸ ਤਰ੍ਹਾਂ ਆਪਣੀ ਵੋਟ ਪਾ ਰਹੇ ਹੋ ਅਗਰ ਤੁਸੀਂ ਵੋਟ ਪਾ ਚੁੱਕੇ ਹੋ ਜ਼ਰੂਰ ਸਾਨੂੰ ਕਾਲ ਕਰਕੇ ਦੱਸੋ ਕਿਨੂੰ ਤੁਸੀਂ ਵੋਟ ਕੀਤੀ ਹੈ ਐਂਡ ਕਿਉਂ ਅਸੀਂ ਜ਼ਰੂਰ ਸੁਣਨਾ ਚਾਹੁੰਦੇ ਤੁਹਾਡੇ ਵਿਚਾਰ ਵੀ ਸਾਡੀ ਸਾਰੀ ਆਡੀਅנס ਨਾਲ ਸਾਂਝੀ ਕਰਾਂਗੇ ਤੇ ਕੁਝ ਕਾਲਰ ਸਾਡੇ ਨਾਲ ਅਲਰੇ ਜੁੜ ਚੁੱਕੇ ਹੈ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਥੈਂਕ ਯੂ ਅੱਜ ਦੇ ਤੌਰ ਤੇ ਦੋਨੋ ਮਹਾਨ ਆਸਤੀਆਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਾਗਾ ਥੈਂਕ ਯੂ ਕਹਾਗਾ ਕਿਉਂਕਿ ਤੁਸੀਂ ਜੈ ਇਲੈਕਸ਼ਨਜ਼ ਹੈ ਵੀ ਤੁਸੀਂ ਵਾਦਾ ਕੀਤਾ ਸੀ ਕਿ ਤੁਸੀਂ ਇਸ ਨੂੰ ਕਵਰ ਕਰੋਗੇ ਥੈਂਕ ਯੂ ਜੀ ਥੈਂਕ ਯੂ ਜੀ ਦੱਸੋ ਤੁਹਾਡਾ ਕੀ ਕਮੈਂਟ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਪ੍ਰੋਗਰਾਮ ਤੇ ਹੈਗਾ ਜੀ ਮੈਂ ਤੇ ਸੋਚਣਾ ਕਿਉਂਕਿ ਮੈਂ ਇੰਡੀਆ ਤੋਂ ਹੈਗਾ ਮੈਂ ਇਹ ਸੋਚਦਾ ਕਿਆ ਮੈਂ ਸਿਟੀਜ਼ਨ ਟੂਡੇ ਇਹ ਵੀ ਇਹਨਾਂ ਨੇ ਜਿਹੜਾ ਅਮਰੀਕਾ ਦੀ ਵੀ ਜਿਹੜੀ ਇਲੈਕਸ਼ਨ ਆਤੀ ਇਤਿਆਦਿਕ ਕੰਪੈਨ ਕਹਦੇ ਹੁੰਦੇ ਦਾ ਇਹ ਵੀ ਇੰਡੀਨਾਈਜ਼ ਨਹੀਂ ਹੋ ਗਈ ਜੀ ਜੀ ਬਿਲਕੁਲ ਇਹ ਨਹੀਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਦੰਗੇ ਫਸਾਦ ਹੋਣ ਜਾ ਰਹੇ ਆ ਪੋਲਿੰਗ ਪਲੇਸਸ ਤੇ ਤੇ ਤੁਹਾਡੀ ਵੋਟ ਨੂੰ ਕੀ ਹੋਏਗਾ ਆਮ ਇਹ ਥੋੜਾ ਜਿਹਾ ਲੱਗਦਾ ਆ ਆਈ ਥਿੰਕ ਯੂ ਕੈਨ ਡੈਫੀਨਿਟਲੀ ਸੇ ਥੈਟ ਆਮ ਹੋਪਫੁਲੀ ਇਲੈਕਸ਼ਨ ਸੇਫਲੀ ਤੇ ਸਿਕਿਉਰਲੀ ਕੈਰੀ ਆਊਟ ਹੋਏਗੀ ਬਟ ਆਮ ਥੋੜੀ ਜੀ ਉਹ झलक ਜਰੂਰ ਆ ਰਹੀ ਹੈ ਹਾਂ ਜੀ ਆਈ ਅਗਰੀ ਮੈਂ ਦਾ ਕੋ ਛੱਟੇ ਸ਼ਹਿਰ ਦੇ ਵਿੱਚ ਮੈਂ ਪੜ ਰਹਾ ਵੇ ਸਾਡਾ ਇਹ ਐਸੋ ਮੇਲ ਬਾਕਸ ਕੱਲ ਰਾਤੀ ਕੋਈ ਆ ਕੇ ਇਹਨਾਂ ਖੋਲ ਕੇ ਉਹ ਸਾਰੇ ਆਊਟ ਗoing ਐਂਡ ਇਨ ਕਮਿੰਗ ਮੇਲ ਕੱਟ ਕੇ ਲੈ ਗਿਆ ਬਟ ਯੂ نو ਦੈਟਸ ਅ ਬਿਗ ਇਹ ਤਾਂ ਫੈਡਰਲ ਕ੍ਰਾਈਮ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਸਰ ਇਫ ਯੂ ਡੋਨਟ ਮਾਈਂਡ ਮੀ ਆਸਕਿੰਗ ਮੈਂ ਮੈਂ ਐਲਏ ਕਾਉਂਟੀ ਚ ਮੈਂ ਸ਼ਹਿਰ ਦਾ ਨਾਮ ਨਹੀਂ ਦੱਸਣਾ ਚਾਹਤਾ ਅੱਛਾ ਜੀ ਅੱਛਾ ਜੀ ਮੈਂ ਮੈਂ ਉਹ ਐਵੇਂ ਮਤਲਬ ਜਸਟ ਆਈ ਜਸਟ ਵਾਂਟ ਕਿ ਵੀ ਮੈਂ ਜਨਰਲ ਜੀ ਗੱਲ ਕਰਾਂ ਪਹਿਲੇ ਤੇ ਦੇਖੋ ਗੱਲ ਇਹ ਹੈ ਕਿ ਤੇ ਫਿਰ ਤੁਸੀਂ ਆ ਕੇ ਜੀ ਆ ਕੇ ਦੱਸੋ ਕਿ ਨੂੰ ਵੋਟ ਪਾਣੀ ਹੈ ਦੇਖੋ ਮੇਰਾ ਰਾਈਟ ਹੈ ਕਿ ਮੈਂ ਘਰ ਦੇ ਵਿੱਚ ਆਪਣੀ ਵਾਈਫ ਨੂੰ ਕਦੇ ਨਹੀਂ ਪੁੱਛਿਆ ਤੂੰ ਕਿਹਨੂੰ ਵੋਟ ਪਾਣੀ ਹੈ ਤੇ ਕਿਉਂ ਪਾਣੀ ਜੀ 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 ਬਿਲਕੁਲ 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 ਜਦੋਂ ਐਸੋ ਕਹਿੰਦਾ ਹਲਦੀ ਕਿਸ ਕਸ਼ੇ ਹੋ ਰਹੀ ਹੈ ਖਾਣਾ ਸੀ ਪਰਿਵਾਰ ਨੇ ਬੈਠ ਕੇ ਸਾਡੇ ਘਰ ਦੇ ਵਿੱਚ ਚਾਰ ਮੈਂਬਰ ਹੈਗੇ ਆ ਸੀ ਪੰਜ ਸਾਰੇ ਆ ਗਿਆ ਜਿਨ੍ਹਾਂ ਨੇ ਕਿ ਵੋਟ ਪਾਣੀ ਹੈ ਸਿਟੀ ਦੇ ਲੈ ਕੇ ਨੇ ਤੇ ਹਰ ਇੱਕ ਦੀ ਡਿਫਰੈਂਟ ਓਪੀਨੀਅਨ ਆ ਰਹਾ ਕੋਈ ਨੂਆ ਪਰ ਦੂਜੀ ਗੱਲ ਇਹ ਹੈ ਕਿ ਜਿਹੜਾ ਐਸੋ ਕ ਮਾਹੌਲ ਚੱਲ ਰਿਹਾ ਹੈ ਨਾ ਆਈ ਵਿਸ਼ ਕਿ ਪੀਸਫੁਲ ਹੋਵੇ ਗ੍ਰੇਸਫੁਲ ਹੋਵੇ ਐਂਡ ਟਰਾਂਜ਼ਿਸ਼ਨ ਆਫ ਪਾਵਰ ਵੀ ਗ੍ਰੇਸਫੁਲ ਹੋਵੇ ਬਿਲਕੁਲ ਸਰ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਸਾਡੀ ਵੀ ਇਹੀ ਗੱਲ ਹੋ ਰਹੀ ਹੈ ਕਿ ਜੋ ਵੀ ਜਿੱਤਦਾ ਨੂੰ ਇੱਕ ਤਾਂ ਫੇਅਰ ਤਰੀਕੇ ਨਾਲ ਜਿੱਤੇ ਤੇ ਦੂਜੀ ਗੱਲ ਦੂਜੀ ਸਾਈਡ ਤੋਂ ਉਸ ਚੀਜ਼ ਨੂੰ ਐਕਸੈਪਟ ਕੀਤਾ ਜਾਏ ਜਿਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਪਰੰਪਰਾ 200 ਵੱਧ ਸਾਲਾਂ ਤੋਂ ਰਹੀ ਹੈ ਆਈ ਕੰਪਲੀਟਲੀ ਅਗਰੀ ਕਿਉਂਕਿ ਜਿਹੜਾ ਹਿੰਦੁਸਤਾਨ ਦਾ ਇੰਡੀਆ ਦਾ ਇੰਡੀਅਨ ਆਈਸ ਤੇ ਕਾਜ਼ੀਤੀ ਹੈ ਪਰ ਜਿਹੜੀ ਟ੍ਰਾਂਸਫਰ ਪਾਵਰ ਹੈ ਹਾਲਵੇਸ ਬੀਨ ਇਸ ਫੁਲ ਜੀ ਜੀ ਇਸ ਕਰਕੇ ਮੈਂ ਪ੍ਰੇਰਨਾ ਕਿ ਵੀ ਅਸੀਂ ਸਾਰੇ ਕਹੀਏ ਕਿ ਦੇ ਪੀਸ ਹੋਵੇ ਇਸ ਦੇ ਵਾਸਤੇ ਕੁਝ ਇਸ ਤਰ੍ਹਾਂ ਦਾ ਕੁਝ ਸਪਰੀਮ ਕੋਰਟ ਦਾ ਜਿਵੇਂ ਕਹਿ ਰਹੇ ਨਾ ਸੁਣ ਰਹੇ ਆ ਕਿ ਸੁਪਰੀਮ ਕੋਰਟ ਦੇ ਜਸਟਿਸ ਨੂੰ ਉਹਨਾਂ ਨਾਮਿਨੇਟ ਕਰਨ ਦਾ ਸਾ ਵੀ ਹੋ ਜੀ ਕੋਈ ਪ੍ਰੋਬਲਮ ਨਾ ਆਵੇ ਤੇ ਬਾਅਦੇ ਉਹ ਹੀ ਬ੍ਰੇਕ ਕਰਨੇ ਆ ਤੇ ਮੈਂ ਤੁਹਾਡੇ ਹੋਰ ਕਮੈਂਟ ਸੁਣਨਾ ਚਾਹਾਂਗਾ ਆਈ ਰੀਲੀ ਲਾਈਕ ਯੂ ਥੈਂਕ ਯੂ ਥੈਂਕ ਯੂ so much ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੀ ਕਾਲ ਲਈ ਐਂਡ ਵੀ ਹੋਪ ਕਿ ਤੁਹਾਡੀ ਜੋ ਇਹ ਮੇਲਬਾਕਸ ਨੂੰ ਛੇੜਛਾੜ ਕੀਤੀ ਗਈ ਹੈ ਉਸ ਚੀਜ਼ ਨੂੰ ਅਥਾਰਟੀ ਜ਼ਰੂਰ ਇਨਵੈਸਟੀਗੇਟ ਕਰਨ ਹਰਜੋਤ ਇੱਥੇ ਇੱਕ ਇਸ ਕੰਟਰੀ ਦੇ ਵਿੱਚ ਇੱਕ ਮਾਈਂਡਸੈਟ ਹੈਗਾ ਕਿ ਡੈਮੋਕ੍ਰੇਸੀ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਸ ਤਰ੍ਹਾਂ ਸਾਡੇ ਕੋਲਰ ਨੇ ਕਹੀ ਕਿ ਟ੍ਰਾਂਸਫਰ ਆਫ ਪਾਵਰ ਹੁੰਦੀ ਹੈ ਅਗਰ ਤੁਹਾਨੂੰ ਟ੍ਰਾਂਸਫਰ ਆਫ ਪਾਵਰ ਤੁਸੀਂ ਨਹੀਂ ਕਰ ਸਕਦੇ ਦੈਨ ਯੂ ਆਰ ਟੈਕਨੀਕਲੀ ਨਾਟ ਅ ਫੰਕਸ਼ਨਿੰਗ ਡੈਮੋਕ੍ਰੇਸੀ ਬਟ ਸਾਨੂੰ ਟਰੰਪ ਕੈਂਪ ਤੋਂ ਥੋੜੀ ਜੀ ਇਸ ਤਰ੍ਹਾਂ ਦੀ ਮੈਸੇਜਿੰਗ ਸੁਣਨ ਨੂੰ ਮਿਲੀ ਹੈ ਕਿ ਅਗਰ ਇਹ ਇਲੈਕਸ਼ਨ ਉਹਨਾਂ ਦੀ ਫੇਵਰ ਚ ਨਹੀਂ ਜਾਂਦਾ um that os cheese nu accept nahi karan ge how should voters feel about that um jo president trump nu support bhi karde jo unna nu oppose bhi karde ke agar election carry out fairly hundi hai ki president trump os election da outcome accept karan ge ya nahi aisi koi ground reality te uh, situation nazar nahi aandi कि uh, इस एक्सेप्ट नहीं करेंगे mm. जो भी रेटरक हुए, हुए uh, you know, the, uh, जो पिछली डिबेट हुई है तो उन्होंने उड़े खड़े के बोलिया यू नो फॉर द जो सेल्फ मेड मिल मिलीशियाज़ है वाइट दे राइट विंगज के कि स्टैंड नो स्टैंड बैक एंड स्टैंड बाय स्टैंड बाय एज इफ कि देखो कि इलेक्शन वाले दिन की होंगे और उस दिन अगर फेवरेबल uh, नहीं यू कम आउट द इज़ नॉट मच दे कैन कम बाय कमिंग आउट दे कैन डू बाय कमिंग आउट इस कंट्री हाल तक ऐसी कोई प्रॉब्लम देखने नहीं मिली है एंड आई डोंट थिंक क्योंकि एक बड़ी स्ट्रोंग कमिटमेंट हैगी बड़े स्ट्रोंग इंस्टीट्यूशन है इस कंट्री बड़ी है है और बड़ी स्ट्रोंग कमिटमेंट है डेमोक्रेसी में और डेमोक्रेसी की एक बेसिक यू नो एज यू सैड जे एक uh, ਬੇਸਿਕ ਲੈਗ ਹੈਗੇ ਹੋਏ ਹੈਗੇ ਯੂ نو ਪੀਸਫੁਲ ਟ੍ਰਾਂਸਫਰ ਆਫ ਪਾਵਰ ਅਗਰ ਟ੍ਰਾਂਸਫਰ ਆਫ ਪਾਵਰ ਨਾ ਹੋਏ ਫਿਰ ਦਿ ਡੈਮੋਕ੍ਰੇਸੀ ਨਹੀਂ ਹੈ ਯੂ نو ਇਲੈਕਟਡ ਇਲੈਕਟਰਲ ਡੈਮੋਕ੍ਰੇਸੀ ਨਹੀਂ ਹੈ ਐਗਜੈਕਟਲੀ ਸੋ ਲੈਟਸ ਟਾਕ ਅਬਾਊਟ ਸਮ ਆਫ ਦ ਬਿਗ ਆਪਾ ਕਹਿ ਸਕਦੇ ਆ ਜੋ ਵੱਡੇ ਮਸਲੇ ਕੱਲ ਦੀ ਡਿਬੇਟ ਵਿੱਚ ਉਭਰ ਕੇ ਆਏ ਕੈਂਡੀਡੇਟਸ ਵੱਲੋਂ ਆਮ ਸਭ ਤੋਂ ਪਹਿਲੇ ਤਾਂ ਇਸ ਇਲੈਕਸ਼ਨ ਦੇ ਵਿੱਚ ਆਪਾਂ بار بار ਤੁਹਾਨੂੰ ਵੀ ਕਹਿ ਰਹੇ ਆ ਤੁਹਾਡੇ ਲਈ ਤਾਂ ਇਹ ਤੁਸੀਂ ਇਸ ਚੀਜ਼ ਨੂੰ ਜੀ ਰਹੇ ਹੋ ਸਾਰੇ ਹੀ ਅਮਰੀਕਾ ਵਿੱਚ ਹਰ ਇੱਕ ਬੰਦੇ ਨੂੰ ਇਹ ਚੀਜ਼ ਇਫੈਕਟ ਕਰ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਉਹ ਸੀਗੀ ਕੋਵਿਡ ਅਮ ਇਟਸ ਯੂ نو ਕੁਝ ਲੋਕਾਂ ਨੇ ਵੀ ਕਿਹਾ ਤੁਸੀਂ ਆਰਗੂ ਕਰ ਸਕਦੇ ਹੋ ਥੈਟ ਇਜ਼ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਦੇ ਅਸਲੀ ਅਪੋਨੈਂਟ ਜੋ ਬਾਈਡਨ ਨਹੀਂ ਹਨ ਬਟ ਕੋਵਿਡ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਕੋਵਿਡ ਨੂੰ ਹੈਂਡਲ ਕੀਤਾ ਹੈ ਜਾਂ ਨਹੀਂ ਜਾਂ ਮਿਸਮੈਨੇਜ ਕੀਤਾ ਹੈ ਅਮ ਇੱਕ ਬਹੁਤ ਵੱਡੀ ਰਿਪੋਰਟ ਜੋ ਰੀਸੈਂਟਲੀ ਲਿਖੀ ਹੈ ਇਨ ਫੈਕਟ THERE WAS ANOTHER ONE ਟੁਡੇ ਅਮ ਕੈਨ ਦੀ ਹੈ ਕਿ ਜੋ ਕੋਵਿਡ ਦੀ 3rd ਪੀਕ ਹੁਣ ਚੱਲ ਰਹੀ ਹੈ ਜਿਸ ਤਰ੍ਹਾਂ ਕੇਸਸ ਹੋਰ ਵੱਧ ਰਹੇ ਹੈ ਥੈਟ ਅਗਰ ਇਹ ਇਸੇ ਤਰ੍ਹਾਂ ਚੱਲਦੀ ਰਹੀ ਥੈਟ ਸਾਲ ਦੇ ਐਂਡ ਤੱਕ 200000 ਮੋਰ ਪੀਪਲ ਕੁਡ ਬੀ ਡੈਡ ਥੈਟ ਫੈਬਰੂਰੀ ਤੱਕ ਹਾਫ ਅ ਮਿਲੀਅਨ ਪੀਪਲ ਕੁਡ ਬੀ ਡੈਡ ਇਨ ਦ ਯੂਨਾਈਟਿਡ ਸਟੇਟਸ ਇ ਬਹੁਤ ਹੀ ਬੈਡ ਟਾਈਮਿੰਗ ਤੁਸੀਂ ਕਹਿ ਸਕਦੇ ਹੋ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਲਈ ਹੈ ਕਿਉਂਕਿ ਆਲ ਰੈਡੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਕਿੰਨੇ ਤਰ੍ਹਾਂ ਦੇ ਅਟੈਕਸ ਜੇਲਨੇ ਪੈ ਰਹੇ ਤੇ ਕੱਲ ਵੀ ਡਿਬੇਟ ਦੇ ਵਿੱਚ ਇਹ ਚੀਜ਼ ਬਹੁਤ ਵੱਡੇ ਲੈਵਲ ਤੇ ਆਈ ਆ ਮੈਂ ਤੁਹਾਨੂੰ ਸਿਰਫ ਇੱਕ ਕੋਟ ਦੱਸਣਾ ਚਾਹੁੰਦੀ ਆ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਦੀ ਡਿਸਕਸ਼ਨ ਕਰਾਂਗੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਕਿਹਾ ਕੋਵਿਡ ਨੂੰ ਲੈ ਕੇ that people are learning to live with it that loki is is ਚੀਜ਼ ਨਾਲ ਉਹਨਾਂ ਨੇ ਰਹਿਣਾ ਸ਼ੁਰੂ ਕਰਤਾ ਹੈ they are okay with it they are learning to live with it um ਜਿਹਦੇ ਤੇ ਜੋ ਬਾਈਡਨ ਨੇ ਬਹੁਤ ਹੀ um tusi keh lo tagda response ditta and he said no people are learning to die with it ke inne loki already mar chukke hai that kis people are learning to live with it um, and and hor bhi mar sakde vaddi ginti de how can you say that um, i think covid nu laake you know ਅਮ ਪ੍ਰੈਜ਼ੀਡੈਂਟ 트੍ਰੰਪ ਦਾ ਮੇਨ ਇਹੀ ਹੈ ਕਿ ਦੇਖੋ ਮੇਰੀ ਐਡਮਿਨਿਸਟ੍ਰੇਸ਼ਨ ਵੈਕਸੀਨ ਬਣਾ ਰਹੀ ਹੈ ਮੇਰੀ ਐਡਮਿਨਿਸਟ੍ਰੇਸ਼ਨ ਤੁਹਾਨੂੰ ਵੈਕਸੀਨ ਪਹੁੰਚਾਉਗੀ ਉਹਨਾਂ ਨੇ ਇਹ ਵੀ ਕਿਹਾ ਕਿ ਵੈਕਸੀਨਸ ਡਿਲੀਵਰ ਕਰਨ ਲਈ ਪਾ ਮਿਲਟਰੀ ਨੂੰ ਯੂਜ਼ ਕਰਾਂਗੇ ਬਟ ਕੁਝ ਅਮ ਸਾਇੰਟਿਫਿਕ ਅਗਰ ਤੁਸੀਂ ਉਸ ਪਾਸੇ ਸੁਣਦੇ ਹੋ ਸਾਇੰਟੀਫਿਕ ਬਾਡੀਜ਼ ਕਹਿ ਰਹੀ ਹਨ ਕਿ ਵੈਕਸੀਨ ਸਾਰੇ ਕੰਟਰੀ ਨੂੰ ਜਾਂ ਵਾਈਡ ਲੈਵਲ ਤੇ ਡਿਸਟ੍ਰੀਬਿਊਟ ਅਗਲੇ ਸਾਲ ਮਿਡ ਟੂ ਐਂਡ ਆਫ 2021 ਤੱਕ ਨਹੀਂ ਹੋ ਸਕਦੀ ਸੋ ਯੂ نو ਫਰਮ ਅ ਵੋਟਰਸ ਪਰਸਪੈਕਟਿਵ ਰਾਈਟ ਕਾਸ ਕਰਕੇ ਅਗਰ ਤੁਸੀਂ ਇਹੋ ਜੇ ਫੈਮਲੀ ਉਹ ਜਿੰਨੂੰ ਕੋਵਿਡ ਨੇ ਸਭ ਤੋਂ ਵੱਸ ਤਰੀਕੇ ਨਾਲ ਅਫੈਕਟ ਕੀਤਾ ਜਾਂ ਤੁਹਾਨੂੰ ਪਰਸਨਲੀ ਵੀ ਹੋਈ ਹੈ ਤੁਹਾਡਾ ਬਿਜ਼ਨਸ ਅਫੈਕਟ ਹੋਇਆ ਹੈ ਹਾਊ ਡੂ ਯੂ ਟੇਕ ਥੈਟ ਅ ਅਸ਼ਮਿਤਾ ਯੂ ਵੈਰੀ ਰਾਈਟਲੀ ਸੈਡ ਜਿਸ ਦਾ ਕਿਆ ਜਾਂਦਾ ਕਿ ਇਸ ਵੇਲੇ ਜਿਹੜੀ ਉਹਨਾਂ ਦੇ 트럼ਪ ਦੇ ਆਪੋਨੈਂਟ ਹੈਗੇ ਉਹ ਬਾਈਡਨ ਨਹੀਂ ਹੈਗੇ ਉਹ ਕੋਵਿਡ ਹੈਗਾ ਔਰ ਉਹਨਾਂ ਦੀ ਸਾਰੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਸ ਨੂੰ ਜੱਜ ਕੀਤਾ ਜਾ ਰਿਹਾ ਇਸ ਲਈ ਕਿ ਕੋਵਿਡ ਦੇ ਰਿਸਪੌਂਸ ਵेन ही ਕੇਮ ਹੀ ਕੇਮ ਐਜ਼ ਅ ਮੈਨੇਜਰ ਐਜ਼ ਅ ਐਜ਼ ਅ ਬਿਜ਼ਨਸਮੈਨ ਇੱਕ ਬੜੀ ਲੈਕ ਆਫ ਐਮਪੈਥੀ ਦੇਖੀ ਗਈ ਉਹਨਾਂ ਦੀ ਸਾਰੇ ਕੋਵਿਡ ਰਿਸਪੌਂਸ ਵਿੱਚ ਔਰ ਇੱਕ ਬੇਸਿਕ ਕਾਇਓਟਿਕ ਮੈਨੇਜਮੈਂਟ ਮਤਲਬ ਹੀ ਮਿਸ ਮੈਨੇਜ ਦ ਹੋਲ ਥਿੰਗ ਬਟ ਦ ਕੁਐਸਚਨ ਇਜ਼ देयर ਲਾਟਸ ਆਫ ਪੀਪਲ ਇਨ ਦਿਸ ਕੰਟਰੀ ਜੋ ਇਸ ਚੀਜ਼ ਨੂੰ ਐਕਸੈਪਟ ਕਰਨ ਨੂੰ ਹੱਲੀ ਵੀ ਤਿਆਰ ਨਹੀਂ ਹੈਗੇ ਕਿ ਉਹਨਾਂ ਨੇ ਮਿਸ ਮੈਨੇਜ ਕੀਤਾ ਹੈ ਉਸ ਨੂੰ ਡਿਫੈਂਡ ਕਰ ਦੇਣ ਔਰ ਕਈ ਲੋਕ ਐਸੇ ਹੈਗੇ ਜੋ ਹੱਲੀ ਵੀ ਇਸ ਨੂੰ ਕੋਰੋਨਾ ਨੂੰ ਸੀਰੀਅਸ ਲੈਵਲ ਤੇ ਲੈਣ ਨੂੰ ਤਿਆਰ ਨਹੀਂ ਹਨ ਜੋ ਮਾਸਕ ਨਹੀਂ ਪਾਉਂਦੇ ਯਾ ਬਟ ਜਿਨ ਲੋਗਾਂ ਨੂੰ ਇਹ ਚੀਜ਼ ਟੱਚ ਕੀਤੀ ਹੈ ਉਹ ਦੇਖੋ ਲਾਸਟ ਡਿਬੇਟ ਵਿੱਚ ਇੱਕ ਬੜੀ ਸਿੰਬੋਲਿਕ ਚੀਜ਼ ਸੀਗੀ ਪ ਹਾਲ ਜਿਹੜਾ ਸੀਗਾ ਜਿਹੜਾ ਵੈਨਿਊ ਸੀਗਾ ਉਸ ਦਾ ਰੂਲ ਸੀਗਾ ਕਿ ਬਈ ਤੁਸੀਂ ਹਾਲ ਵਿੱਚ ਮਾਸਕ ਪਾ ਕੇ ਆਨਾ ਹੈ ਜਦ ਉਹਨਾਂ ਦੀ ਫੈਮਿਲੀ ਅੰਦਰ ਵੜੀ ਇਹ ਸਭ ਨੇ ਮਾਸਕ ਪਾਇਦਾ ਸੀਗਾ ਉਹ ਜਦ ਉੱਥੇ ਬੈਠੇ ਉਹਨਾਂ ਨੇ ਮਾਸਕ ਉਤਾਰਤੇ ਰਾਈਟ ਇਸ ਤੋਂ ਬੜੀ 네ਗੇਟਿਵਲੀ ਵੀਊ ਕੀਤਾ ਗਿਆ ਕਿ ਜਿਹੜਾ ਆਮ ਬੰਦਾ ਹੈ ਉਹ ਵੇਖ ਕੇ ਕੀ ਫੀਲ ਕਰਦਾ ਕਿ ਕਿਆ ਨੋਪਲ ਕੋਈ ਇਸ ਫੈਮਿਲੀ ਉੱਪਰ ਕੋਈ ਰੂਲ ਆਫ ਲਾ ਕੰਮ ਨਹੀਂ ਕਰਦਾ ਕਿ ਆਇਸ ਟੂ ਸੀਰੀਅਸਲੀ ਸਮਝਦੇ ਇੱਕ ਇਟ ਵਾਸ ਸੀਨ ਵੈਰੀ 네ਗੇਟਿਵਲੀ ਉਹਨ ਇਸ ਵੇਲੇ ਨਾਰਥ ਡਾਕੋਟਾ ਜਿਹੜਾ ਹੂੰ ਹੂੰ राइट स्टर्जिस हाईएस्ट लेवल केसेस उसते वद्दे पेन और क्योंकि लोगों ने इस रेड स्टेट्स ने इतना सीरियस नहीं लिता दे डोंट हैव आईसीयू बेड्स उन्होंने बेड्स बाहर मंगाने पड़ रहे हैं इस वजह से दे आर नॉट रेडी फॉर इट जी 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 आई थिंक um यू नो जिथे कोविड दी गल आंदी है um इट्स uh, नॉट uh, तुसी ऑब्जेक्टिवली कह सकते ਪਾਵੇ ਪ੍ਰੈਜ਼ੀਡੈਂਟ 트੍ਰੰਪ ਕੁਝ ਹੋਰ ਕਰ ਸਕਦੇ ਸੀ ਜਾਂ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤਾ ਆਮ ਵਟ ਏਵਰ ਦ ਰੀਜ਼ਨ ਇਜ਼ ਅਗਰ ਤੁਸੀਂ ਰਿਜ਼ਲਟ ਨੂੰ ਵੇਖੋ ਜੋ ਕੋਵਿਡ ਨੂੰ ਲੈ ਕੇ ਰਿਜ਼ਲਟ ਆਇਆ ਹੈ ਪ੍ਰੈਜ਼ੀਡੈਂਟ 트੍ਰੰਪ ਦੀ ਰੀ-ਇਲੈਕਸ਼ਨ ਤੇ ਸੋ far ਹੈਜ਼ ਬੀਨ ਵੈਰੀ ਵੈਰੀ 네ਗੇਟਿਵ ਆਮ ਐਂਡ ਮੈਂ ਇਹ ਵੀ ਕਹਿਣਾ ਚਾਹਾਂਗੀ ਥੈਟ ਯੂ نو ਜਿੱਥੇ ਕੋਵਿਡ ਦੀ ਗੱਲ ਆਂਦੀ ਹੈ ਉੱਥੇ ਹੈਲਥ ਕੇਅਰ ਵੀ ਇਨਵੋਲਵਡ ਹੈ ਆਈ ਮੀਨ ਹਾਊ ਡਸ ਇਟ ਲੁੱਕ ਦੈਟ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਕਿ ਆਮ ਯੂ نو ਹੈਲਥ ਕੇਅਰ ਓਬਾਮਾ ਕੇਅਰ ਇਹ ਸੋਸ਼ਲਿਜ਼ਮ ਹੈ ਇਹਨੂੰ ਲਿਕਾਲ ਕੱਢਣਾ ਚਾਹੀਦਾ ਸਾਨੂੰ ਵੀ ਸ਼ੁੱਡ ਗੈਟ ਰਿਡ ਆਫ ਇਟ ਐਂਡ ਦੂਜੇ ਪਾਸੇ ਜਦੋਂ ਉਹਨਾਂ ਦਾ ਆਪਣਾ ਟ੍ਰੀਟਮੈਂਟ ਹੋਇਆ ਜਦੋਂ ਉਹ ਵਾਲਟਰ ਰੀਡ ਹਸਪੀਟਲ ਗਏ ਉੱਥੇ ਆਮ ਹੀ ਬੇਸਿਕਲੀ ਰੀਸੀਵਡ ਟ੍ਰੀਟਮੈਂਟ ਫਾਰ ਫ੍ਰੀ ਔਨ ਦ ਟੈਕਸ ਪੇਅਰਸ ਮਨੀ ਜਿਸ ਚੀਜ਼ ਦੇ ਖਿਲਾਫ ਉਹ ਬਾਰ ਬਾਰ ਕੈਂਪੇਨ ਕਰਦੇ ਉਸ ਹੀ चीज नु इस्तेमाल करके उन्होंने खुद ट्रीटमेंट लेता सो so, इट्स अश्विता दिस लॉट ऑफ मिस इंफॉर्मेशन अर्लियर यू नो आज दे शो विच ਸਾਡੇ ਕੋਲੇ ਗੈਸ ਸੀਗੇ ਜੋ ਪ੍ਰੈਜ਼ੀਡੈਂਟ ਟਰੰਪ ਨੂੰ ਡਿਫੈਂਡ ਕਰ ਰਹੇ ਸਨ ਔਰ ਉਹ ਇਹ ਗੱਲ ਕਹਿ ਰਹੇ ਸਨ ਕਿ ਵੀ ਜਿਹੜੀ ਪ੍ਰੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ ਉਸ ਨੂੰ ਪ੍ਰੋਟेक्ट ਕੀਤਾ ਜਾਣਾ ਚਾਹੀਦਾ ਉਸ ਨੂੰ ਅਸੀਂ ਪ੍ਰੋਟेक्ट ਕਰਾਂਗੇ ਪ੍ਰੈਜ਼ੀਡੈਂਟ 트럼ਪ ਦੀ ਐਡਮਿਨਿਸਟ੍ਰੇਸ਼ਨ ਨੂੰ ਪ੍ਰੋਟेक्ट ਕਰੇਗੀ ਵਿਦਆਊਟ ਨੋਇੰਗ ਕਿ ਪ੍ਰੈਜ਼ੀਡੈਂਟ 트럼ਪ ਦੀ ਐਡਮਿਨਿਸਟ੍ਰੇਸ਼ਨ ਖੁਦ ਕੇਸ ਲੜਦੀ ਪਈ ਹੈ इवन ਐਜ਼ ਵੀ ਸਪੀਕ ਜਿਸ ਵਿੱਚ ਉਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਹਟਾਉਣਾ ਚਾਹੁੰਦੇ ਨੇ ਉਸ ਮੈਨਡੇਟ ਵਿੱਚੋਂ ਸੋ ਦੇਰ ਇਜ਼ ਲੋਟ ਆਫ ਮਿਸ ਇਨਫੋਰਮੇਸ਼ਨ ਐਂਡ ਯੂ ਨੋ ਵੀ ਆਰ ਵਿਕਟਿਮਸ ਆਫ ਥੈਟ ਯਾ ਐਂਡ ਆਈ ਥਿੰਕ ਇਸ ਮਿਸ ਇਨਫੋਰਮੇਸ਼ਨ ਨੂੰ ਲੈ ਕੇ ਯੂ ਨੋ ਵਾਂਸ ਅਗੇਨ ਆਪਾ ਕਿਆ ਕਿਆ ਕੇ ਥੱਕ ਜਾਂਦੇ ਹਾਂ ਬਟ ਇਟਸ ਸਟਿਲ ਇੰਪੋਰਟੈਂਟ ਟੂ ਸੇ ਅਗੇਨ ਕਿ ਜ ਬੀ ਤੁਸੀਂ ਕੋਈ ਚੀਜ਼ ਨੂੰ ਇਨਕਾਊਂਟਰ ਕਰਦੇ ਹੋ ਪਾਵੇ ਉਹ ਆਰਟੀਕਲ ਹੋਏ ਫੇਸਬੁੱਕ ਪੋਸਟ ਹੋਏ ਕੋਈ ਵਟਸਐਪ ਮੈਸੇਜ ਤੁਹਾਨੂੰ ਕੋਈ ਅੱਗੇ ਫਾਰਵਰਡ ਕਰਦਾ ਹੈ ਵੀਡੀਓ ਵੀ ਹੋਏ ਪਾਵੇਂ ਉਸ ਚੀਜ਼ ਨੂੰ ਜ਼ਰੂਰ ਕੁਐਸਚਨ ਕਰੋ ਕਿ ਇਹ ਕਿੱਥੋਂ ਆਈ ਹੈ ਕਿਉਂ ਆਈ ਹੈ ਕਿੰਨੇ ਬਣਾਈ ਹੈ ਐਂਕੀ ਇਹਦੇ ਸੋਰਸਸ ਹੈਗੇ ਕਿ ਇਹ ਲੈਜਿਟਿਮੇਟ ਸੋਰਸਸ ਤੋਂ ਆਈ ਹੈ ਜਾਂ ਕੋਈ ਫੇਕ ਨਿਊਜ਼ ਟਾਈਪ ਚੀਜ਼ ਸਰਕੂਲੇਟ ਹੋ ਰਹੀ ਹੈ ਥੇਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕਦਬਾਦ ਸਾਨਿਆ ਦਾ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ ਅਪਾ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ ਕਿ ਹਲੇ ਤੱਕ ਇਸ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਕੀ ਖਿਆਲ ਕੀ ਵਿਚਾਰ ਤੁਹਾਡੇ ਲੋਕਲ ਏਰੀਆ ਚ ਕੀ ਹੋ ਰਿਹਾ ਐਂਡ ਅਗਰ ਤੁਸੀਂ ਕੰਫਰਟੇਬਲ ਹੈਗੇ ਸ਼ੇਅਰ ਕਰਨ ਲਈ ਜ਼ਰੂਰ ਸਾਨੂੰ ਕਾਲ ਕਰਕੇ ਦੱਸੋ ਕਿ ਤੁਸੀਂ ਕਿਹਦੇ ਲਈ ਵੋਟ ਪਾ ਰਹੇ ਹੋ ਜਾਂ ਸ਼ਾਇਦ ਤੁਸੀਂ अर्ली VOTING ਦੇ ਵਿੱਚ ਵੋਟ ਆਲਰੇਡੀ ਪਾਤੀ ਹੈ ਆਪਣੀ ਅਮ ਅਨਦਰ ਬਿਗ ਥਿੰਗ ਜੋ ਕੱਲ ਦੀ ਡਿਬੇਟ ਵਿੱਚ ਆਪਾਂ ਕਹਿ ਸਕਦੇ ਹਾਂ ਇੱਕ ਵੱਡਾ ਪੁਆਇੰਟ ਉਭਰ ਕੇ ਲਿਕ ਲਿਆ ਅਮ ਉਹ ਸੀਗਾ ਟੈਕਸਿਸ ਨੂੰ ਲੈ ਕੇ ਤੇ ਕਿਸ ਤਰ੍ਹਾਂ ਜੋ ਰੀਸੈਂਟ ਰਿਪੋਰਟਿੰਗ ਨਿਊਯਾਰਕ ਟਾਈਮਸ ਤੋਂ ਲਿਖਲੀ ਹੈ ਜਿਹਦੇ ਵਿੱਚ ਏ ਡਿਸਕਲੋਜ਼ ਹੋਇਆ ਕਿ ਪ੍ਰੈਜ਼ੀਡੈਂਟ 트ੰਪ ਨੇ 2016 ਦੇ ਵਿੱਚ ਤੇ 2017 ਦੇ ਵਿੱਚ ਸਿਰਫ ਤਾਂ ਸਿਰਫ 750 ਡਾਲਰਸ ਟੈਕਸਸ ਪੇ ਕੀਤੇ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਤਰੀਕੇ ਨਾਲ ਜੋ ਬਾਈਡਨ ਨੇ ਉਹਨਾਂ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਮੈਂ ਤਾਂ ਆਪਣੇ 22 ইয়ারਸ ਦੇ ਟੈਕਸਸ ਰিলিজ ਕੀਤੇ ਹੋਇਆ ਹੈ ਤੁਸੀਂ ਕਿੰਨੇ ਰিলিজ ਕੀਤੇ ਹੈ ਜ਼ੀਰੋ ਐਂਡ ਆਫਕੋਰਸ ਪ੍ਰੈਜ਼ੀਡੈਂਟ ਟਰੰਪ ਦੀ ਯੂਜਵਲ ਲਾਈਨ ਆਈ ਏਮ ਅੰਡਰ ਆਡਿਟ ਮੈਂ ਹਲੇ ਰਿਲੀਜ਼ ਨਹੀਂ ਕਰ ਸਕਦਾ ਬਟ ਉਹਨਾਂ ਨੇ ਇਹ ਵੀ ਕਿਹਾ ਜੋ 750 ਡਾਲਰ ਦੀ ਟੈਕਸ ਉਹਨਾਂ ਨੇ ਪਾਏ ਕਹਿੰਦੇ ਇਹ ਤਾਂ ਇੱਕ ਆਈ ਆਰ ਐਸ ਦੀ ਫਾਈਲਿੰਗ ਫੀਸ ਈ ਸੋ ਫਰਸਟ ਆਫ ਆਲ ਸਾਨੂੰ ਇਹ ਚੀਜ਼ ਨੂੰ ਕਲੈਰੀਫਾਈ ਕਰਨਾ ਚਾਹੀਦਾ ਤੁਹਾਡੇ ਲਈ ਹਰ ਜੋ ਤੁਸੀਂ ਲੋਅਰ ਹੋ ਤੁਸੀਂ ਇਸ ਚੀਜ਼ ਦੇ ਨਾਲ ਬਿਲਕੁਲ ਵਾਕਿਫ ਹੋ ਸਿਸਟਮ ਦੇ ਨਾਲ ਆਈ ਆਰ ਐਸ ਦੇ ਵਿੱਚ ਜਦ ਤੁਸੀਂ ਟੈਕਸਸ ਪਾਉਂਦੇ ਹੋ ਕੋਈ ਫਾਈਲਿੰਗ ਫੀ ਹੁੰਦੀ ਹੈ ਇਸ ਤਰ੍ਹਾਂ ਦੀ ਨਹੀਂ ਆਇਰਸ ਦੀ ਕੋਈ ਫਾਈਲਿੰਗ ਫੀ ਨਹੀਂ ਹੁੰਦੀ ਸਾਡੇ ਸਾਰੇ ਈਵਿਅਰਸ ਇਸ ਗੱਲ ਨੂੰ ਜਾਣਦੇ ਨੇ ਬਟ ਇਹ ਗੱਲ ਕਹਿਣਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਕਈ ਸਾਲਾਂ ਵਿੱਚ ਔਰ 2016 2017 ਵਿੱਚ ਕੋਈ ਟੈਕਸ ਨਹੀਂ ਭਰਿਆ ਠੀਕ ਨਹੀਂ ਹੈ ਕਿਉਂਕਿ ਉਹਨਾਂ ਨੇ ਚਾਈਨਾ ਵਿੱਚ ਟੈਕਸਿਸ ਭਰ ਰਹੇ ਨੇ ਔਰ ਇਹ ਇੱਕ ਗੱਲ ਦੇਖੋ ਕਿਵੇਂ ਤੁਸੀਂ ਇੱਕ ਫਾਈਨੈਂਸ਼ੀਅਲ ਡਿਸਕਲੋਜ਼ਰ ਇਨ ਆਵਡਾ ਕਿ ਤੁਸੀਂ ਅਕਾਊਂਟਸ ਆਪਣੇ ਨਾਂ ਦੱਸੋ ਕਿ ਯੂ ਹੈਵ ਅ ਫੋਰਨ ਅਕਾਊਂਟ ਚਾਈਨਾ ਵਿੱਚ ਤੁਹਾਡਾ ਬੈਂਕ ਅਕਾਊਂਟ ਹੈ ਔਰ ਤੁਸੀਂ ਉਹ ਚੀਜ਼ ਨਹੀਂ ਦੱਸਦੇ ਯੂ نو ਉਹ ਪ੍ਰੈਜ਼ੀਡੈਂਟ ਰਵ ਹਮੇਸ਼ਾ ਇਸ ਚੀਜ਼ ਉੱਪਰ ਉਹ ਕਰਦੇ ਤੁਹਾਨੂੰ ਯਾਦ ਹੋਣਾ ਸ਼ੁਰੂ ਚ ਉਹਨਾਂ ਕਿਹਾ ਸੀਗਾ ਕਿ ਮੈਂ 5ਥ ਐਵਨਿਊ ਤੇ ਖੜੇ ਹੋ ਕੇ ਕਿਸੇ ਨੂੰ ਗੋਲੀ ਮਾਰ ਸਕਦਾ ਔਰ ਮੇਰੇ ਜਿਹੜੇ ਸਪੋਰਟਰਸ ਹਨ ਉਹਨਾਂ ਨੂੰ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ प्रेजिडेंट बन के सैवन हंड्रड फिफ़्टी डॉलरस साढ़े सत्त सौ डॉलर अंत सारे इतने टैक्सिस भरते हैं अं सोचते हैं कि, कि मतलब किसान चीट कर रहे हैं आर एस चीट कर रहे हैं कि या सानू चीट कर रहे हैं कि नौकर इन्ना पैसा नहीं है हाउ डिड यू थिंक हिल गेट अवे विद दैट ओ क्यों इंफॉर्मेसन बहार नहीं आएगी ਆ ਵੀ ਜਾਏ ਉਹ ਆਪਣੇ ਸਪੋਰਟਰਸ ਨੂੰ ਆਪਣੇ ਸਾਰੇ ਯੂ ਨਾ ਚਾਹਨ ਵਾਲਿਆਂ ਨੂੰ ਇਨਾ ਫੋਰ ਗਰੰਟੀਡ ਆਈ ਥਿੰਕ ਲੈਂਦੇ ਕਿ ਇਹ ਮੈਨੂੰ ਪੁੱਛਣ ਵਾਲੇ ਨਹੀਂ ਹੈਗੇ ਇਹ ਬੇਫਕੂ ਹੈਗੇ ਮੈਂ ਕੁਝ ਹੀ ਬੋਲ ਕੇ ਨਿਕਲ ਜਾऊंगा ਐਸ ਹੀ ਸੈਡ ਕਿ ਭਈ ਉਹ ਤੇ 750 ਡਾਲਰ ਉਸ ਦੀ ਫੀ ਸੀਗੀ ਤੁਸੀਂ ਜਾਣਦੇ ਹੋ ਉਸ ਦੀ ਕੋਈ ਆਰਐਸ ਦੀ ਕੋਈ ਫੀਸ ਨਹੀਂ ਹੁੰਦੀ um and i want to bring up another point to see china bare ke so e jo disclosure recently report hoya hai ki inada trump da ek bank account hai china de vich je de utte unna ne taxes bhi paye hai china de vich um is point nu leke jo biden ne ek bahut vadiya tusi keh lo statement kal de debate vich kiti unna ne keha ki dekho china de vich bank account kholne le e sahi gal hai nu apna fact check kita hai because of the type of country china is a communist unadi party control kar diye the people's republic of china um othe agar tusi bank account kholde ho as a foreigner toanu kisi local di 51% ode vich hissa lena penda hai tusi ek foreigner de taur te ja ke othe bank account nahi khol sakde independently jo biden ne is point te bilkul focus kita en kia ke ਕਿਹਦੇ ਨਾਲ ਕਿਹਦੇ ਮੁਠੀ ਦੇ ਅੰਦਰ ਤੁਹਾਡਾ ਬਿਜ਼ਨਸ ਚਾਈਨਾ ਦੇ ਵਿੱਚ ਹਲੇ ਵੀ ਚੱਲ ਰਿਹਾ ਬਿਕੋਜ਼ ਉੱਥੇ ਬੈਂਕ ਅਕਾਊਂਟ ਖੋਲਣ ਦਾ ਮਤਲਬ ਥੈਟ ਐਟ ਲੀਸਟ ਇੱਕ ਹੋਰ ਇੰਡੀਵਿਜੂਅਲ ਚਾਈਨੀਜ਼ ਨੈਸ਼ਨਲ ਤੁਹਾਡੇ ਉਸ ਬੈਂਕ ਅਕਾਊਂਟ ਦਾ 51% owner So good points to raise, but I think uh, President Trump ne is a cheese. De, which is what the topic. The which taxes new like it the foreign. Jythya uh, pa uh, influence and foreign. पैसे new Joe Biden the be kafi attacks dittte. Unane um, you know a galke ki ki Joe uh, to Ukraine to पैसे to to uh, Russia to पैसे leye. Um, so a I mean you know once again misinformation. Uh, how do you navigate that? Because is really kuch ਰਿਪੋਰਟਿੰਗ ਕਹਿ ਰਹੀ ਹੈ ਕਿ ਯੈਸ ਅਮ ਯੂਕਰੇਨ ਦੇ ਵਿੱਚ ਯੂ نو ਜੋ ਬਾਈਡਨ ਦੇ ਬੇਟੇ ਦੀ ਕੁਝ ਇਨਵੋਲਵਮੈਂਟ ਸੀਗੀ ਬਟ ਇਹ ਕੋਈ ਵੱਡੇ ਲੈਵਲ ਤੇ ਵੱਡੀ ਮੀਡੀਆ ਨਹੀਂ ਰਿਪੋਰਟ ਕਰ ਰਹੀ ਜੋ ਰਿਪੋਰਟ ਕਰ ਰਹੇ ਹੈ ਉਹਨਾਂ ਨੂੰ ਜ਼ਿਆਦਾ ਕੰਸਰਵੇਟਿਵ ਲੀਨਿੰਗ ਮੀਡੀਆ ਮੰਨਿਆ ਜਾਂਦਾ ਹੈ ਇੱਕ ਐਵਰੇਜ ਇਨਸਾਨ ਲਈ ਹਾਊ ਡੂ ਯੂ ਕਾਈਂਡ ਆ ਕੱਟ ਥਰੂ ਥੈਟ ਆਈ ਮੀਨ ਯੂ نو ਥੀਸ ਆ ਵੈਰੀ ਡਿਫਿਕਲਟ ਕੁਐਸਚਨਸ ਕਿਉਂਕਿ ਇੱਕ एक इशू uh, रेज uh, किया गया एंड वी डोंट नो द आंसर टू दैट असी नहीं जानते कि उन्होंने बेटे की की इन्वॉल्वमेंट रही है और असी जिमें आप कहते हैं कि ट्रंप से सपोर्टर्स उन्होंने क्लीन चिट दें हैं अभी भी यू नो जो सपोर्ट उन्हें बाकी सपोर्टर्स है बाइडन दे उन्होंने क्लीन चिट नहीं देते विदाउट नोइंग वॉट इज सस्पैक्ट इज़ अ टाइमिंग 3.5 ਸਾਲ ਪੁਰਨੇ 4 ਸਾਲ ਤੋਂ ਸਰਕਾਰ ਹੈਗੀ ਹੈ ਇਹ ਜਿਹੜੀ ਚੀਜ਼ ਹੈ ਕਾਫੀ ਦੇਰ ਤੋਂ ਇਹ ਕੁਐਸ਼ਨ ਰੇਜ਼ ਕੀਤਾ ਜਾ ਰਿਹਾ ਹੈ ਇਲੈਕਸ਼ਨ ਤੋਂ 15 ਦਿਨ ਪਹਿਲਾਂ ਅਗਰ ਤੁਸੀਂ ਇਹ ਚੀਜ਼ ਰਿਲੀਜ਼ ਕਰਦੇ ਹੋ ਇਹ ਚੀਜ਼ ਕਰਦੇ ਹੋ ਤਾਂ that is suspect ਤੇ ਉਹ ਕੀ ਹੈਗਾ ਬਟ on a time you know and i'm glad ਤੁਸੀਂ ਇਹ ਪੁਆਇੰਟ ਰੇਜ਼ ਕੀਤਾ ਹੈ ਬਿਕੋਜ਼ ਸ਼ਾਇਦ ਤੁਸੀਂ ਇਹ ਹੰਟਰ ਬਾਈਡਨ ਜੋ ਜੋ ਬਾਈਡਨ ਦਾ ਬੇਟਾ ਹੈਗਾ ਜਿਹਦੀ ਇਹ ਵੱਡੀ ਸਟੋਰੀ ਇਸ ਪਿਛਲੇ ਹਫਤੇ ਲਿਕਲੀ ਸੀ ਕਿ ਉਹਨਾਂ ਦਾ ਕੋਈ ਲੈਪਟਾਪ ਹੰਟਰ ਬਾਈਡਨ ਦਾ ਲੈਪਟਾਪ ਉਹਨਾਂ ਨੇ ਗਲਤੀ ਨਾਲ ਕਿੱਥੇ ਛੱਡਤਾ ਤੇ ਉਸ ਲੈਪਟਾਪ ਤੇ ਇੰਨੀ ਜ਼ਿਆਦਾ ਇਨਕ੍ਰਿਮੀਨੇਟਿੰਗ ਚੀਜ਼ਾਂ ਲੱਭੀਆਂ ਲੌਨ ਫੋਰਸਮੈਂਟ ਨੂੰ ਜਾਂ ਜਿੰਨੇ ਵੀ ਉਹ ਲੈਪਟਾਪ ਫੜਿਆ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਇਹ ਸਟੋਰੀ ਪਹਿਲੇ ਰਿਪੋਰਟ ਹੋਈ ਸੀ ਨਿਊਯਾਰਕ ਪੋਸਟ ਅਕਵਾਰ ਦੇ ਵਿੱਚ ਆਮ ਔਰ ਸਟੋਰੀ ਦਾ ਜੋ origignal author ਸੀਗਾ ਜੋ origignal journalist ਜਿੰਨੇ ਉਹ ਸਟੋਰੀ ਲਿਖੀ ਸੀਗੀ ਉਹ ਬੈਕ ਆਫ ਹੋ ਗਿਆ ਸੀ ਸਟੋਰੀ ਪ੍ਰਿੰਟ ਹੋਣ ਤੋਂ ਪਹਿਲੇ ਉਹਨੇ ਇਹ ਕਿਹਾ ਕਿ ਇਸ ਸਟੋਰੀ ਦੇ ਜੋ ਸੋਰਸਸ ਸੀਗੇ ਜੋ ਵਿਟਨੈਸਸ ਨੇ ਮੈਨੂੰ ਆਪਣਾ ਬਿਆਨ ਦਿੱਤਾ ਇਸ ਸਟੋਰੀ ਦੇ ਫੈਕਟਸ ਦਿੱਤੇ ਮੈਂ ਉਹਨਾਂ ਨੂੰ ਵੈਰੀਫਾਈ ਨਹੀਂ ਕਰ ਸਕਦਾ ਉਹਨੇ ਆਪਣਾ ਨਾਂ ਉਹ ਸਟੋਰੀ ਤੇ ਨਹੀਂ ਲਿਖਿਆ ਨਿਊਯਾਰਕ ਪੋਸਟ ਨੇ ਕਿਸੇ ਹੋਰ ਦੇ ਨਾਂ ਦੇ ਅੰਡਰ ਉਹ ਸਟੋਰੀ ਪ੍ਰਿੰਟ ਕੀਤੀ ਆਮ ਸੋ ਇਹ ਜੋ ਸਟੋਰੀ ਆਈ ਥਿੰਕ ਟਾਈਮਿੰਗ ਦੀ ਗੱਲ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਹੇਅਰ ਇਹ ਸਟੋਰੀ ਹੁਣੇ ਨਿਕਲ ਰਹੀ ਹੈ ਇਸ ਸਟੋਰੀ ਦਾ ਜੋ origignal author ਸੀਗਾ ਉਹ ਇਹ ਵੀ ਨਹੀਂ ਕਹਿ ਸਕਦਾ ਕਿ ਇਹ ਸਟੋਰੀ ਦੇ ਸੋਰਸਸ ਦੇ ਪਿੱਛੇ ਮੈਂ ਖੜਦਾ ਹਾਂ ਤੇ ਨਿਊਯਾਰਕ ਪੋਸਟ ਉਸ ਸਟੋਰੀ ਨੂੰ ਫਿਰ ਵੀ ਪ੍ਰਿੰਟ ਕਰਦੀ ਹੈ ਬਿਨਾ ਉਸ ਆਥਰ ਦੇ ਨਾਂ ਦੇ ਸਾਨੂੰ ਇਸ ਚੀਜ਼ ਨੂੰ ਡੈਫੀਨਟਲੀ ਕੁਐਸਚਨ ਕਰਨਾ ਚਾਹੀਦਾ ਹੈ ਜੀ ਆਮ ਸੋ ਇਸ ਚੀਜ਼ ਨੂੰ ਲੈ ਕੇ ਆਈ ਥਿੰਕ ਜਿੱਥੇ ਫੋਰਨ ਇਨਫਲੂਐਂਸ ਦੀ ਗੱਲ ਆਉਂਦੀ ਹੈ ਸਭ ਤੋਂ ਵੱਡੀ ਸਾਡੀ ਇਹੀ ਕਨਕਲੂਜਨ ਹੋਣੀ ਚਾਹੀਦੀ ਹੈ ਇੱਕ ਪਾਸੇ ਜੋ ਬਾਈਡਨ 22 ਈਅਰਸ ਦੇ ਹਨ ਅਦਰ ਟੈਕਸ ਰਿਟਰਨਸ ਤੁਸੀਂ ਵੇਖ ਸਕਦੇ ਹੋ ਪਬਲਿਕ ਇਨਫੋਰਮੇਸ਼ਨ ਹੈਗੀ ਆਮ ਉਦੇ ਤੁਸੀਂ ਇਹ ਵੇਖ ਸਕਦੇ ਹੋ ਕਿੱਥੇ ਉਹਨਾਂ ਦਾ ਫਾਈਨੈਂਸ਼ੀਅਲ ਇਨਕਮ ਆਈ ਹੈ ਕਿੰਨੀ ਕਿ ਇੰਟਰਨੈਸ਼ਨਲ ਸੀਗੀ ਕਿੰਨੀ ਕਿ ਨੈਸ਼ਨਲ ਹੈਗੀ ਵਰਸਸ ਦੂਜੇ ਪਾਸੇ ਪ੍ਰੈਜ਼ੀਡੈਂਟ 트ੰਪ ਦੇ ਕੋਈ ਡਿਸਕਲੋਜ਼ਰ ਸਾਡੇ ਕੋਲ ਨਹੀਂ ਹੈਗੇ ਸੋ ਸਾਨੂੰ ਸਿੰਪਲੀ ਪੁੱਟ ਪਤਾ ਹੀ ਨਹੀਂ ਹੈ ਕਿ ਕਿਥੋਂ ਕਿਥੋਂ ਉਹਨਾਂ ਨੂੰ ਇਨਕਮ ਆਈ ਹੈ ਹਲੇ ਵੀ ਆ ਰਹੀ ਹੈ ਤੇ ਕਿੱਥੇ ਹੋਰ ਉਹਨਾਂ ਦੇ ਬੈਂਕ ਅਕਾਊਂਟਸ ਹਨ ਬਟ ਇਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਆ ਇਸ ਤਰ੍ਹਾਂ ਜੁੜੇ ਰੋ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਗੱਲ ਹੋ ਰਹੀ ਹੈ ਇਲੈਕਸ਼ਨ ਦੀ ਕੱਲ ਦੀ ਡਿਬੇਟ ਦੀ ਵੱਖ-ਵੱਖ ਵੱਡੇ ਮਸਲੇ ਜੋ ਡਿਸਕਸ ਹੋਏ ਤੇ ਤੁਹਾਡੇ ਵਿਚਾਰ ਸੁਣਨ ਨੂੰ ਅੱਜ ਸਾਡਾ ਜੀ ਕਰ ਰਿਹਾ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਹ ਸਾਰੇ ਮੁੱਦੇ ਮਸਲੇ ਨੂੰ ਲੈ ਕੇ ਕਿੱਥੇ ਖੜੇ ਹੋ ਕਿਸ ਕੈਂਡੀਡੇਟ ਪਿੱਛੇ ਕਿਸ ਇਸ਼ੂ ਦੇ ਪਿੱਛੇ ਅੰਮ ਇਹਨਾਂ ਕਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਤੁਸੀਂ ਜ਼ਰੂਰ ਸਾਨੂੰ ਦੱਸ ਸਕਦੇ ਕਿ ਤੁਸੀਂ ਕਿਹਦੇ ਲਈ ਵੋਟ ਪਾਣੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਹਾਂਜੀ ਅਸ਼ਮਿਤਾ ਜੀ ਬੋਲ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਬਖਸ਼ੀ ਸਿੰਘ ਬੋਲ ਰਿਹਾ ਮੈਰੀਲੈਂਡ ਤੋਂ ਜੀ ਦੱਸੋ ਹਾਂ ਗੱਲ ਮੈਂ ਇੱਕ ਆ ਨਹੀਂ ਜਾਂਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਹਰਜੋਤ ਜੀ ਨੂੰ ਫਤਿਹ ਤੇ ਜੀ ਗੱਲ ਹੈ ਵੀ ਜਿੰਨੇ ਤੁਹਾਡੇ ਸੁਣੋਤੇ ਆ ਉਹਨਾਂ ਨੂੰ ਫਤਿਹ ਤੇ ਮੈਂ ਇੱਕ ਮੈਸੇਜ ਜਿਹੜਾ ਹੈ ਇਹ ਦੇਣਾ ਚਾਹੁੰਦਾ ਆ ਕਿ ਪਿਛਲੇ 4 ਸਾਲਾਂ ਦੇ ਵਿੱਚ ਕੀ ਹੋਇਆ ਡੈਮੋਕਰੇਸੀ ਡਾਈਜ਼ ਇਨ ਡਾਰਕਨੈਸ ਵਾਈਟ ਹਾਊਸ ਲਾਸਟ 4 ਈਅਰ 4 ਈਅਰ ਚ ਮੈਂ ਕਹਿੰਦਾ ਵੀ ਇਹ ਡਾਰਕਨੈਸ ਰਹੀ ਹੈ ਡਾਰਕਨੈਸ ਮੀਨਸ ਡਿਕਟੇਟਰਸ਼ਿਪ ਤੇ ਹੁਣ ਜਿਹੜਾ ਤੁਸੀਂ ਗੱਲ ਕਰਕੇ ਹਟੇ ਆ ਦੋ ਤਿੰਨ ਗੱਲਾਂ ਤੁਸੀਂ ਕੀਤੀਆਂ ਇੱਕ ਤੇ ਉਹਦੇ ਅਕਾਊਂਟਸ ਬਾਰੇ ਕੀਤੀ ਹੈ ਜਿਹੜੀ ਕਿ ਚਾਈਨਾ ਦੇ ਵਿੱਚ ਹੈਗੇ ਆ ਮੈਂ ਉਹਨੂੰ ਇਹੀ ਟਰੰਪ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਹਿੰਦੇ ਵੀ ਅਸੀਂ ਚਾਈਨਾ ਬੰਦ ਕਰਤੀ ਪਹਿਲਾਂ ਉਹ ਆਪਣੇ ਅਕਾਊਂਟ ਬੰਦ ਕਰਾਵੇ ਫਿਰ ਗੱਲ ਕਰੇ ਕਿ ਮੈਂ ਚਾਈਨਾ ਬੰਦ ਕਰਤੀ ਹੈ 200 ਓਵਰ uh, 200 ਕਿੰਨੇ 20000 ਸਮ ਵੇਅਰ people have died for corona right corona da mm -hmm. ki kita he, he lied like a hell yesterday on on, on this opponent uh, sorta sorry jehde <laughs> uh, debate hoya debate te jhooth to shut koi oda hor koi palanda nahi si koi ona badal jawab kisi cheez da ditta hi nahi hai ga trump saab nu apa ki keh sakde othe ode white house de vichon patte jehde official hai o bhaj rahe hai kyunki koi truth hai nahi ਉੱਧ ਦੀ ਸਾਰੀ ਗੱਲ ਚੱਲ ਰਹੀ ਉੱਥੇ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹਾਂ ਦੇਖੋ ਅਸੀਂ ਇਸ ਕੰਟਰੀ ਦੇ ਵਿੱਚ ਮੈਂ ਵੀ ਬਹੁਤ ਦੇਰ ਤੋਂ ਰਹਿ ਰਿਹਾ ਇਸ ਕੰਟਰੀ ਦੇ ਵਿੱਚ ਇੱਕ ਕੰਟਰੀ ਵੰਡੀ ਪਈ ਹੈ ਜਿਹੜਾ ਕਿ ਮਿਨੋਰਟੀਜ਼ ਆ ਉਹਨਾਂ ਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਹੈਗਾ ਤੇ ਨਾਲ ਹੁਣ ਆ ਤੁਸੀਂ ਦੇਖ ਰਹੇ ਹੋ ਕਿੰਨੇ ਬੱਚੇ ਉੱਥੇ ਬਾਰਡਰ ਤੇ ਬੈਠੇ ਆ ਤੇ ਇਹਨਾਂ ਕੋਈ ਕੱਲ ਸੌਰੀ ਤੱਕ ਨਹੀਂ ਕਿਹਾ ਕਿ ਮੈਂ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਪੇਰੈਂਟਸ ਹੈ ਨਹੀਂ ਉਹਨਾਂ ਦੇ ਨਾਲ ਤੇ ਬੱਚਿਆਂ ਦਾ ਕੀ ਹਾਲਤ ਹੋਊਗੀ ਠੀਕ ਹੈ ਜੀ ਉਹ ਬਾਰ ਬਾਰ ਉਹਦੇ ਤੇ ਬਦਲਚੂਠੇ ਅਟੈਕ ਕਰਦਾ ਰਿਹਾ ਹੈਗਾ ਸੋ ਮੈਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਆਪਾਂ ਜਿਹੜੇ ਅਗਲੇ 4 ਸਾਲ ਆਣੇ ਹੈਗੇ ਨਾ ਇਹਦੇ ਬਾਰੇ ਸੋਚੀਏ ਜੇ ਅਗਰੇ 4 ਸਾਲ ਤੁਸੀਂ ਫੇਲ ਹੋ ਗਏ ਤੇ ਡੈਮੋਕ੍ਰੇਸੀ ਤਾਂ ਬਿਲਕੁਲ ਹੀ ਤੁਸੀਂ ਭੁੱਲ ਜਾਓ ਇੱਥੇ ਪਤਾ ਨਹੀਂ ਜਿਹੜੇ ਪਿਛਲੇ ਪਹਿਲੇ ਤੁਸੀਂ ਗੱਲ ਕਰਕੇ ਵੀ ਹਟੇ ਜਿਹੜੇ ਉਹਨਾਂ ਆ ਰੱਖੇ ਹੋਏ ਬੰਦੇ ਰੱਖੇ ਹੋਏ ਆ ਕਿੱਦਾਂ ਜਾ ਕੇ ਮਿਸ਼ੀਗੰਦੇ ਵਿੱਚ ਉਹਨੂੰ ਕਿ ਵਰਨਨ ਨੂੰ ਥ्रेट ਕਰਦੇ ਆ ਤੇ ਹੋਰ ਪਤਾ ਨਹੀਂ ਕਿੱਡਿਆਂ ਕਿ ਥ्रेट ਆਉਣਗੇ। ਤੋਂ ਮੈਂ ਜਿਆਦਾ ਨਾ ਲੰਮਾ ਟਾਈਮ ਲੰਮਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਆਪਣੇ ਭੈਣ ਭਰਾਵਾਂ ਨੂੰ ਕਿ ਆਓ ਬਾਹਰ ਨਿਕਲੋ ਸਾਡੇ ਅਸੀਂ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਇੱਥੇ ਰਹਿਣਾ ਹੈਗਾ। ਠੀਕ ਹੈ ਸੋ ਸਾਨੂੰ ਆਉਣਾ ਬਾਹਰ ਆਉਣਾ ਚਾਹੀਦਾ ਹੈ ਤੇ ਸਾਨੂੰ ਵੋਟ ਕਰਨੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਇੱਕ ਚੰਗੇ ਬੰਦੇ ਨੂੰ ਜਿਹਦੇ ਕੋਈ ਬਦਲ ਦੇਖੋ ਨਾ ਤੁਸੀਂ ਬਾਈਡਨ ਸਾਹਿਬ ਦਾ ਜਿਹੜਾ ਪਿਛਲਾ ਰੈਕੋਰਡ ਆ ਉਹ ਕੱਢ ਕੇ ਦੇਖੋ ਤੁਸੀਂ ਤੇ ਬਾਕੀ ਕੈਮਲਾ ਹੈਰਿਸ ਉਹਦੇ ਨਾਲ ਹੈਗੀ ਆ ਸੋ ਉਹਨਾਂ ਨੂੰ ਅਸੀਂ ਵਾਈਟ ਹਾਊਸ ਭਜਾਈਏ ਤੇ ਅਗਲੇ 4 ਸਾਲ ਸਾਡੇ ਫਾਇਦੇ ਹੋਣ ਇਹ ਔਕਾ ਨਾ ਹੁਣ ਹੁੰਜਣ ਤਈਏ ਕਿ ਬੜਾ ਜ਼ਰੂਰੀ ਹੈ ਜਿਹੜੀ ਕੰਟਰੀ ਹੈ ਬਿਲਕੁਲ ਡਿਵਾਈਡ ਹੋਈ ਮੈਂ ਕਹਿੰਦਾ ਕੰਟਰੀ ਇਜ਼ ਵਰਜ ਆਫ ਵਾਰ ਯੂ نو ਜਿਹੜੀ ਕਿ ਇੰਟਰਨਲ ਵਾਰ ਹੋ ਸਕਦੀ ਆ ਸੋ ਇਹਨਾਂ ਹੀ ਸ਼ਬਦਾਂ ਨਾਲ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਜਿਹੜੇ ਮੇਰੇ ਵੀਰ ਸੁਣਦੇ ਆ ਜਰੂਰ ਬਾਹਰ ਨਿਕਲੋ ਤੇ ਡੈਮੋਕ੍ਰੈਟਿਕ ਨੂੰ ਵੋਟ ਕਰੋ ਡੈਮੋਕ੍ਰੇਸੀ ਤਾਂ ਹੀ ਦੇ ਸਕਦੀ ਐ ਇਸ ਕੰਟਰੀ ਦੇ ਵਿੱਚ थैंक यू ਸੋ ਮਚ ਬਖਸ਼ੀਸ਼ ਜੀ ਤੁਹਾਡੀ ਕਾਲ ਲਈ ਤੁਸੀਂ ਇੰਨੇ ਪੈਸ਼ਨੇਟਲੀ ਆਪਣਾ ਪੱਖ ਰੱਖਿਆ ਹੈ ਸਾਡੇ ਵਿਊਅਰਸ ਲਈ ਐਂਡ ਤੁਸੀਂ ਉਸ ਗੱਲ ਨੂੰ ਛੇੜਿਆ ਜਿਹਦੀ ਅਖੀਰ ਚਪਾ ਵੀ ਡਿਸਕਸ਼ਨ ਕਰਨਾ ਚਾਹੁੰਦੇ ਆ ਬਹੁਤ ਵੱਡੇ ਲੈਵਲ ਤੇ ਕੱਲ ਇਹ ਚੀਜ਼ ਡਿਸਕਸ ਹੋਈ ਜਿੱਥੇ ਫੈਮਿਲੀ ਸੈਪਰੇਸ਼ਨ ਤੇ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਆਂਦੀ ਹੈ ਆਮ ਯੂ نو ਇਸ ਇਸ ਹਫਤੇ ਰਿਪੋਰਟ ਲਿਖ ਲਈ ਸੀ ਥੈਟ ਆਮ ਜੋ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਪਾਲਿਸੀ ਫੈਮਿਲੀ ਸੈਪਰੇਸ਼ਨ ਦੀ ਇਨ অন ਬਾਰਡਰ ਤੇ ਇਨੈਕਟ ਕੀਤੀ ਆਮ ਉਹਦੇ ਕਰਕੇ ਆਲਮੋਸਟ 550 ਬੱਚੇ ਜਿਨ੍ਹਾਂ ਨੂੰ ਆਪਣੇ ਮਾਪਿਓ ਤੋਂ ਸੈਪਰੇਟ ਕੀਤਾ ਗਿਆ ਸੀ ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਫੀਸ਼ੀਅਲਸ ਨੂੰ ਜੋ ਇਨ ਬੱਚਿਆਂ ਦੀ ਰਖਵਾਲੀ ਲਈ ਇਨਚਾਰਜ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਮਾਪਿਓ ਕਿੱਥੇ ਹੈਗੇ ਕਿਸ ਤਰ੍ਹਾਂ ਉਹਨਾਂ ਨੂੰ ਕੰਟੈਕਟ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਵਾਪਸ ਉਹ ਰੀਯੂਨਾਈਟ ਕਰ ਸਕਦੇ ਆ ਸੋ ਇਹ ਵੱਡੀ ਖਬਰ ਇਸ ਹਫਤੇ ਨਿਕਲੀ ਐਂਡ ਆਫ ਕੋਰਸ ਡਿਬੇਟ ਵਿੱਚ ਵੀ ਇਹ ਬਹੁਤ ਵੱਡੇ ਲੈਵਲ ਤੇ ਡਿਸਕਸ ਹੋਈ ਯੂ ਨੋ ਹਰਜੋਤ ਇਸ ਚੀਜ਼ ਵਿੱਚ ਵੀ ਆਈ ਥਿੰਕ ਇੱਕ ਆਪਾਂ ਕਹਿ ਸਕਦੇ ਆ ਅਗਰ ਪੁਆਇੰਟਸ ਅਲੋਟ ਕਰਨੇ ਹੋਏ ਕੰਪੀਟੀਸ਼ਨ ਦੇ ਵਾਂਗੂ ਅਮ ਇਸ ਇਸ਼ੂ ਨੂੰ ਲੈ ਕੇ ਵੀ ਪੁਆਇੰਟਸ ਪ੍ਰੈਜ਼ੀਡੈਂਟ 트੍ਰੰਪ ਨੂੰ ਥੋੜੇ ਜਿਹਾ ਜਾਂਦੇ ਆ ਬਿਕੋਜ਼ ਇਹ ਇਸ਼ੂ ਜਦੋਂ ਰੇਜ਼ ਹੋਇਆ ਡਿਬੇਟ ਦੇ ਵਿੱਚ ਉਹਨਾਂ ਨੇ ਫਟਾਫਟ ਇਹ ਕਿਹਾ ਕਿ ਜੋ ਜੋ ਬਾਈਡਨ ਇਹ ਜੋ ਕੇਜਸ ਹੈਗੇ ਜੋ ਮੈਨੂੰ ਕਿਹਾ ਜਾਂਦਾ ਕਿ ਮੈਂ ਬੱਚਿਆਂ ਨੂੰ ਕੇਜਸ ਵਿੱਚ ਰੱਖਿਆ ਹੈ ਜਾਨਵਰਾਂ ਵਾਂਗੂ ਕਿ ਇਹ ਕੇਜਸ ਬਣਾਏ ਕਿੰਨੇ ਸਨ ਰਾਈਟ ਦੈਟ ਇਹ ਜੋ ਪਾਲਿਸੀ ਸੀਗੀ 2014 ਦੀ ਸ਼ੁਰੂ ਹੋਈ ਹੈ ਪ੍ਰੈਜ਼ੀਡੈਂਟ ਓਬਾਮਾ ਦੇ ਅੰਡਰ ਬਟ ਇੱਥੇ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਆ ਇਸ ਚੀਜ਼ ਨੂੰ ਜਦੋਂ ਆਪਾਂ ਹੋਰ ਰਿਸਰਚ ਕੀਤੀ ਦੈਟ ਯੈਸ ਪ੍ਰੈਜ਼ੀਡੈਂਟ ਓਬਾਮਾ ਨੇ ਇਹ ਪਾਲਿਸੀ ਸ਼ੁਰੂ ਕੀਤੀ ਸੀ ਕਿ ਬੱਚਿਆਂ ਨੂੰ ਬਾਰਡਰ ਤੇ ਤਦ ਸੈਪਰੇਟ ਕੀਤਾ ਜਾਏ ਕਿਸੇ ਫੈਮਲੀ ਤੋਂ ਜਾਂ ਅਡਲਟ ਤੋਂ ਜਦੋਂ ਇਹ ਉਹਨਾਂ ਨੂੰ ਸ਼ੱਕ ਹੋਏ ਕਿ ਉਹ ਬੱਚਾ ਉਸ ਅਡਲਟ ਦਾ ਨਹੀਂ ਹੈਗਾ ਤਾਂ ਕਿ ਬੱਚਿਆਂ ਨੂੰ ਤੁਸੀਂ ਕਹਿ ਲਓ ਸੈਕਸ ਸਲੇਵਰੀ ਵਿੱਚ ਨਹੀਂ ਅੱਗੇ ਉਹਨਾਂ ਨੂੰ ਯੂਜ਼ ਕੀਤਾ ਜਾਏ ਕਿ ਇਹ ਬੱਚੇ ਇਸ ਬੰਦੇ ਨਾਲ ਨਹੀਂ ਰਿਲੇਟਡ ਤਦ ਉਹਨਾਂ ਨੂੰ ਸੈਪਰੇਟ ਕੀਤਾ ਜਾਂਦਾ ਸੀ ਵਰਸਸ ਪ੍ਰੈਜ਼ੀਡੈਂਟ ਟਰੰਪ ਦੇ ਅੰਡਰ ਜ਼ੀਰੋ ਟੋਲਰੈਂਸ ਪਾਲਿਸੀ ਜੋ ਸੀਗੀ ਉਹ ਇਹੀ ਸੀਗੀ ਐਂਡ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹਨੀ ਆ ਮੈਂਟ ਟੂ ਡਿਟਰਮ ਮਾਈਗ੍ਰੈਂਟਸ ਕੇ ਲੋਕੀ ਕੰਟਰੀ ਵਿੱਚ ਨਾ ਆਨ ਇਹ ਸੁਣ ਕੇ ਕਿ ਤੁਹਾਡੇ ਬੱਚੇ ਤੁਹਾਡੇ ਤੋਂ ਛਿਲੇ ਜਾਣਗੇ ਐਂਡ ਇਹਦੇ ਵਿੱਚ ਇਹ ਕਿਹਾ ਗਿਆ ਪ੍ਰੋਸੀਕਿਊਟਰਸ ਮੈਂ ਤੁਹਾਡਾ ਕਮੈਂਟ ਜ਼ਰੂਰ ਦਿਚਾ ਚਾਹਨੀ ਆ ਕਿ ਪ੍ਰੋਸੀਕਿਊਟਰਸ ਕ੍ਰਿਮੀਨਲ ਚਾਰजेस ਫਾਈਲ ਕਰਨ ਹਰੇਕ ਉਸ ਬੰਦੇ ਦੇ ਖਿਲਾਫ ਜੋ ਬਾਰਡਰ ਤੇ ਆ ਰਿਹਾ ਹੈ ਇਨਕਲੂਡਿੰਗ ਪੇਰੈਂਟਸ ਐਂਡ ਜਦੋਂ ਉਹਨਾਂ ਤੇ ਚਾਰजेस ਲਗਾਏ ਜਾਣ ਕਿ ਉਹਨਾਂ ਦੇ ਬੱਚੇ ਭਾਵੇਂ ਉਹਨਾਂ ਨੇ ਕੁਝ ਗਲਤ ਕੀਤਾ ਜਾਂ ਨਹੀਂ ਉਹਨਾਂ ਦੇ ਬੱਚੇ ਉਹਨਾਂ ਤੋਂ ਸੈਪਰੇਟ ਕੀਤੇ ਜਾਣ ਅਮ ਇਸ ਚੀਜ਼ ਨੂੰ ਲੈ ਕੇ ਆਈ ਮੀਨ ਕੀ ਡਿਫੈਂਸ ਆਫਰ ਕਰ ਸਕਦੀ ਹੈ ਪ੍ਰੈਜ਼ੀਡੈਂਟ 트럼ਪ ਦੀ ਐਡਮਿਨਿਸਟ੍ਰੇਸ਼ਨ ਅਮ ਐਂਡ ਕਿੰਨੇ ਕ ਲੈਵਲ ਤੇ ਡੂ ਯੂ ਥਿੰਕ ਥੈਟ ਇਹ ਇਸ਼ੂ ਵੋਟਰਸ ਲਈ ਮਾਇਨਰ ਰੱਖਦਾ ਹੈ ਅ ਅਸ਼ਮਿਤਾ ਜਦ ਇਸ ਕੰਟਰੀ ਵਿੱਚ ਸਲੇਵਰੀ ਦਾ ਇਸ਼ੂ ਸੀਗਾ racial discrimination ਦਾ issue ਸੀਗਾ ਕਿਸੇ ਲੈਵਲ ਤੇ ਹੱਲੇ ਵੀ ਹੁੰਦਾ ਹੈ ਜਿਹੜੀ ਜਿਹ ਸਭ ਤੋਂ ਉਸਦੀ ਮੂੜਲੀ وجہ ਹੈ ਉਹ ਹੈ ਇੱਕ ਪਰਟੀਕੂਲਰ ਸੈਕਟ ਦੀ 휴ਮੈਨਿਟੀ ਨੂੰ ਨਾ ਮੰਨਣਾ ਤੁਸੀਂ ਉਹਨਾਂ ਨੂੰ ਇਨਸਾਨ ਹੀ ਨਾ ਸਮਝੋ ਜਦ ਇਹ e, 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 this is absolutely true ਕਿ ajd separation ਦੀ ਪਾਲਿਸੀ ਹੈ ਇਹ ਉਬਾਮਾ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੋਈ ਸੀ ਐਂਡ ਐਸ ਯੂ ਸੈਡ ਉਸ ਦੀ ਵਜ੍ਹਾ ਸੀਗੀ ਉਸ ਦੀ ਵਜ੍ਹਾ ਇਹ ਸੀਗੀ ਕਿ ਬਈ ਤੁਸੀਂ ਕਈ ਜਿਹੜੇ ਏਜੰਟਸ ਹੈਗੇ ਯੂ نو ਜੋ ਸਮਗਲਰਸ ਹੁੰਦੇ ਨੇ ਉਹ ਬੱਚਿਆਂ ਨੂੰ ਯੂਜ਼ ਕਰਦੇ ਸੀਗੇ ਅੰਦਰ ਆਨਸਤੇ ਦ ਥਿੰਗ ਵਾਸ ਕਿ ਇਵਨ ਅਗਰ ਉਹਨਾਂ ਬੱਚਿਆਂ ਨੂੰ ਅਲੱਗ ਰੱਖਿਆ ਜਾਂਦਾ ਸੀਗਾ ਦੇ ਵਰ ਟ੍ਰੀਟਡ ਹਿਊਮਨਲੀ ਉਹਨਾਂ ਦੇ ਪੇਰੈਂਟਸ ਨੂੰ ਹਿਊਮਨਿਟੀ ਟ੍ਰੀਟ ਕੀਤਾ ਜਾਂਦਾ ਸੀਗਾ ਦੇ ਵੇ ਵੈਂਟ ਥਰੂ ਅ ਪ੍ਰੋਸੈਸ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਇਸ ਦੇ ਵਿੱਚ ਉਹਨਾਂ ਨੇ ਮੋਸਟ ਇਨਹਿਊਮਨ ਕੰਡੀਸ਼ਨ ਵਿੱਚ ਉਹਨਾਂ ਨੂੰ ਰੱਖਿਆ ਬੱਚਿਆਂ ਨੂੰ ਯੂ ਨੋ ਪ੍ਰੋਪਰ ਸੈਨੀਟੇਸ਼ਨ ਨਹੀਂ ਦਿੱਤੀ ਗਈ ਔਰ ਇਸ ਵੇਲੇ ਤੱਕ 550 ਐਸੇ ਯੂ ਨੋ ਬੱਚੇ ਹੈਗੇ ਜਿਨ੍ਹਾਂ ਦਾ ਪੇਰੈਂਟਸ ਦਾ ਪਤਾ ਨਹੀਂ ਚੱਲਿਆ ਜਿਨ੍ਹਾਂ ਦਾ ਪਤਾ ਚੱਲਿਆ ਵੀ ਹੈ ਉਹ ਵੀ ਬਾਏ ਕੋਰਟ ਆਰਡਰ ਇੱਦਾਂ ਨਹੀਂ ਕਿ ਇਹਨਾਂ ਨੇ ਬੜੇ ਅੱچھے ਰੈਕર્ડਸ ਮੇਨਟੇਨ ਕੀਤੇ ਬਿਕਾਉਜ਼ ਦੇ ਡਿਡ ਨਾਟ ਈਵਨ ਟ੍ਰੀਟ them ਐਜ਼ ਹਿਊਮਨਸ ਰਾਈਟ ਐਂਡ ਯੂ نو ਇਸ ਸਟੋਰੀ ਦੇ ਵਿੱਚ ਇੱਕ ਇੰਨੀ ਵੱਡੀ ਆਮ ਇੱਕ ਹੋਰ ਚੀਜ਼ ਜੋ ਸਾਨੂੰ ਪਤਾ ਲੱਗੀ ਜੋ ਵੱਡੇ ਲੈਵਲ ਤੇ ਰਿਪੋਰਟ ਵੀ ਨਹੀਂ ਹੋ ਰਹੀ ਇਹ ਤਾਂ 550 ਬੱਚੇ ਜਿਨ੍ਹਾਂ ਦੇ ਮਾਪਿਓ ਦਾ ਕਿਸੇ ਨੂੰ ਪਤਾ ਨਹੀਂ ਹੈਗਾ ਰਾਈਟ देयर ਇਜ਼ ਅਬਾਊਟ 360 ਕਿਡਸ ਰਿਪੋਰਟਡ ਅਪ੍ਰੋਕਸੀਮੇਟਲੀ ਇਹ ਵੀ ਨੰਬਰ ਤੁਸੀਂ ਕੁਐਸਚਨ ਜ਼ਰੂਰ ਕਰੋ ਲਗਭਗ 30 300 ਬੱਚੇ ਜਿਨ੍ਹਾਂ ਦਾ ਬੱਚਿਆਂ ਦਾ ਹੀ ਨਹੀਂ ਪਤਾ ਕਿ ਉਹ ਹੈ ਕਿੱਥੇ ਮਾਪਿਓ ਦਾ ਤਾਂ ਛੱਡ ਦੋ there जी. is almost 350 kids ਜਿਨ੍ਹਾਂ ਦਾ ਕੋਈ ਇਸ ਵੇਲੇ ਨਾਮੋ ਨਿਸ਼ਾਨ ਨਹੀਂ ਹੈਗਾ ਜੋ ডিপਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਰਖਵਾਲੀ ਦੇ ਵਿੱਚ ਪ੍ਰੈਜ਼ੀਡੈਂਟ 트াম্প ਦੀ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਕਰਕੇ ਦਿੱਤੇ ਗਏ ਸੀ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਐਂਡ ਅਸ਼ਵਿਤਾ I'd like to make a comment so she caller ਦੇ ਬਾਦ ਪਕਲ ਕਰਦੇ ਆ ਯਾ ਸਤਿ ਸ਼੍ਰੀ ਅਕਾਲ ਤੁਸੀਂ ਆਨ 에ਰੋ ਹੈਲੋ ਮੈਂ ਕਮ ਜੀ ਸਿੰਬਲ ਹੈ ਜੀ ਡੈਲੋਪ ਫੋਰਟ ਵਰ ਤੋਂ ਹਾਂ ਜੀ ਦੱਸੋ ਅੰਡਵੇਟ ਬਹੁਤ ਵਧੀਆ ਤੁਹਾਡੇ ਚੱਲ ਰਹੀ ਹੈ ਸੁਣੀ ਦੀ ਹੈ ਕਿ ਅੰਨ ਬੈਂਤੀਆਂ ਮੈਂ ਕਰਨੀਆਂ ਜ਼ਰੂਰੀ ਸਮਝਦਾ ਪਲੀਜ਼ ਦੱਸੋ ਜੀ ਅਸੀਂ ਇਸ ਸੰਬੋਲ ਕਿਉਂ ਮੇਰੇ ਗ੍ਰੈਂਡਫਾਦਰ ਨੂੰ ਵਕਤੋ ਯਾਤਰਾ ਸੁਪੇੜਾਇਆ ਜੀ ਨਾ ਆਰਡਰ ਮੇਰੇ 197 ਚ ਜੀ ਜੋ ਸਾਰਾ ਗੜੀ ਦਾ ਬਦਲਾ ਉਹਨਾਂ ਨੇ ਲਿਆ ਤੇ ਉਹਨਾਂ ਨੂੰ 500 ਰੁਪਏ ਮਿਲਿਆ ਉਹਨਾਂ ਨੇ ਆਪਣੇ ਭਰਾ ਨੂੰ ਅਮਰੀਕਾ ਦੀ ਉਹ ਹਾਰਵਰਡ ਯੂਨੀਵਰਸਿਟੀ ਤੋਂ ਐਮਐਸੀ ਜੀਓਲੋਜੀ ਕਰਾਈ। ਜੀ। 1890 ਤੋਂ 1901 ਤੱਕ। ਮਤਲਬ ਬਹੁਤ ਪੁਰਾਣੇ ਆ ਅਸੀਂ ਇਸ ਮੁਲਕ ਨਾਲ। ਜੀ। ਕਿਉਂਕਿ ਉਦੋਂ ਰੁਪਏ ਦੀ ਕੀਮਤ ਜ਼ਿਆਦਾ ਸੀ ਡਾਲਰ ਦੀ ਘੱਟ ਸੀ। ਕੋਈ ਸਟੇ ਕਰਨ ਦੀ ਦੀ ਗੱਲ ਨਹੀਂ ਸੀ ਸਿਟੀਜ਼ਨ ਬਣਦੇ ਆ ਦੂਜੀ ਤੀਜੀ। ਉਸ ਤੋਂ ਬਾਅਦ ਜਦੋਂ ਸਾਡੀ ਕਮਿਊਨਿਟੀ ਨਾਣਾ ਸ਼ੁਰੂ ਕੀਤਾ ਤੇ ਪਿਆਰਾ ਸੌਹਤ ਨੇ ਇਸ ਮੁਲਕ 'ਚ ਇਲੈਕਸ਼ਨ ਲੜੀ। ਉਹਨਾਂ ਨੂੰ ਸਟੇ ਕਰਨ ਦੀ ਆਜਾ ਨਹੀਂ ਸੀ ਇੱਥੇ। ਜੀ ਪਰ ਉਹਨਾਂ ਨੇ ਲੜਾਈ ਲਈ ਕਿਉਂਕਿ ਇਨੀ ਯਰ ਸੀ ਬੜਾ ਮਿਹਨਤੀ ਸੀ ਤਾਂ ਜਾਂ ਕੇਸਿਸ ਸਟੇਬਲ ਹੋ ਉਸ ਤੋਂ ਬਾਅਦ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਇੱਥੇ ਐਮਪੀ ਬਣਨ ਨੂੰ ਤਿਆਰ ਨਹੀਂ ਹੋਇਆ ਨਾ ਕਿਸੇ ਨੇ ਪੇਰ ਪੇਰ ਕੀਤਾ ਨਾ ਕਿਸੇ ਨੇ ਉਹਨੂੰ ਉਸਲਾਫ ਜਾਈ ਕੀਤੀ ਸੋ ਮੈਂ ਖਾਸ ਕਰ ਪੰਜਾਬੀਆਂ ਲਈ ਤੇ ਸਿੱਖਾਂ ਲਈ ਮਹਿਸੂਸ ਕਰਦਾ ਕਿ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਤੁਹਾਨੂੰ ਇਹਨਾਂ ਡਿਬੇਟਾਂ 'ਚ ਕੁਝ ਹਿੰਮਤ ਕਰਨੀ ਚਾਹੀਦੀ ਆਦਰਵਾਈਸ ਅਸੀਂ ਪਛੜ ਜਾ ਇਨੇ ਡੱਜ ਸਾਡੇ 20 ਬੰਦੇ ਬਨੇ ਬੈਠੇ ਆ ਪੰਜ ਮਨਿਸਟਰ ਬਨੇ ਬੈਠੇ ਆ ਹਾਈਸਟ ਪੋਸਟ ਡਿਫੈਂਸ ਮਿਨਿਸਟਰੀ ਲਈ ਬੈਠੇ ਆ ਹੋਰ ਸੂ ਸਟੇਟਾਂ ਚ ਦੂਜੇ ਮੁਲਕਾਂ ਚ ਸੋ ਮੈਂ ਮਹਿਸੂਸ ਕਰਦਾ ਐ ਕਿ ਅਸੀਂ ਢਿਲੇ ਆ ਇਸ ਗੱਲ ਨੂੰ ਮੈਂ ਮੈਨੂੰ ਮੈਂ ਖੁਦ ਵੀ ਮਹਿਸੂਸ ਕਰਦਾ ਹਾਂ ਕਿ ਕਦੇ ਸਾਨੂੰ ਕਿਸੇ ਨੇ ਨਹੀਂ ਆਖਿਆ ਵੀ ਤੁਸੀਂ ਹਿੰਮਤ ਕਰੋ ਯਾਰ ਥੋਡੇ ਨਾਲ ਬਈ ਨਹੀਂ ਕੀ ਹੋ ਗਿਆ ਸੋ ਸਾਨੂੰ ਆਪਦੇ ਬੰਦਿਆਂ ਨੂੰ ਕਿ ਅਸੀਂ ਜਿਹੜੇ ਗੁਰੂ ਨਾਨਕ ਦੇ ਅਸਲੀ ਜਿਹੜੇ ਆਪਾਂ ਲੋਕ ਪੈਰੋਕਾਰ ਹਨ ਨਾ ਅਸੀਂ ਇਹ ਤੁਹਾਡਾ ਸੰਕਲਨ ਗੁਰਨਾਨਕ ਦੇ ਗੁਰਤੇਜ ਬਾਸੂ ਦੀ ਸਾਰੀਆਂ ਪਾਲਿਸੀ ਦੇ ਉੱਤੇ ਸਟੈਂਡ ਕਰਦਾ ਹੈ ਕੋਅਲਿਟੀ ਜੀ ਸੋ ਅਸੀਂ ਤੇ ਇਹਨਾਂ ਲੋਕ ਤਨੋਂ ਅੱਗੇ ਆ ਜੀ ਸਾਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਸਾਨੂੰ ਲੈਣਾ ਚਾਹੀਦਾ ਸਾਡੀ ਕਮਿਊਨਿਟੀ ਨੂੰ ਗੁਰਦੋਰੇ ਬਣਾਈ ਜਾਂਦੇ ਅਸੀਂ ਲੜਾਈ ਝਗੜੇ ਕਰੀ ਜਾਂਦੇ ਸੋ ਬਹੁਤ ਔਖੋ ਰਿਹਾ ਮੈਨੂੰ ਸੋ ਆਪਾਂ ਨੂੰ ਜ਼ਿੰਮਤ ਕਰਨੀ ਚਾਹੀਦੀ ਜੀ ਥੈਂਕ ਯੂ ਸੋ ਮੱਚ ਤੁਹਾਡੀ ਕਾਲ ਲਈ ਸਰ ਐਂਡ ਤੁਹਾਡੇ ਮੈਸੇਜ ਮੈਂ ਸਟ੍ਰੈਸ ਨਹੀਂ ਕਰ ਸਕਦੀ ਅੱਜ ਦੀ ਡੇਟ ਵਿੱਚ ਕਿੰਨਾ ਇੰਪੋਰਟੈਂਟ ਆਈ ਹੋਪ ਸਾਰਿਆਂ ਨੇ ਗੌਰ ਨਾਲ ਸੁਣਿਆ ਕਿ ਤੁਸੀਂ ਕੀ ਕਹਿ ਕੇ ਗਏ ਸਾਨੂੰ ਕਿ ਸਾਨੂੰ ਹਿੰਮਤ ਕਰਕੇ ਇਸ ਪ੍ਰੋਸੈਸ ਦੇ ਵਿੱਚ ਆਪਣੀ ਜਗ੍ਹਾ ਬਣਾਨੀ ਪੈਣੀ ਐ ਨ ਬਣਾਨੀ ਚਾਹੀਦੀ ਇਟਸ ਲੌਂਗ ਓਵਰ 杜 ਅ ਐਨੀ ਕਲੋਜ਼ਿੰਗ ਥੌਟਸ ਆਨ ਦ ਬਿਫੋਰ ਵੀ ਕਲੋਜ਼ ਵਨ ਅ ਕੁਇਕ ਕਮੈਂਟ ਜਿਹੜਾ ਉਹ ਚਾਈਲਡ ਸੈਪਰੇਸ਼ਨ ਮਤਲਬ ਹੈ ਇਹ ਕਰਨਾ ਚਾਹੁੰਦਾ ਸੀਗਾ ਕਿ ਕਿਸੇ ਵੀ ਕ੍ਰਾਈਮ ਵਿੱਚ ਕਿਸੇ ਵੀ ਆਫੈਂਸ ਵਿੱਚ ਜਿਹੜਾ ਮੋਟਿਵ ਹੁੰਦਾ ਹੈ ਬੈ ਉਹ ਇੱਕ ਬੜਾ ਵੱਡਾ ਫੈਕਟਰ ਹੈ ਐਸ ਯੂ ਪੁਆਇੰਟਡ ਆਊਟ ਔਰ ਸਾਡੇ ਸੁਣਨ ਵਾਲਿਆਂ ਨਾਸਤੇ ਜਾਨਣਾ ਜ਼ਰੂਰੀ ਹੈ ਕਿ ਵੇਅਰ ਐਜ਼ ਓਬਾਮਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਮੋਟਿਵ ਸੀਗਾ ਕਿ ਉਹ ਅਬਿਊਜ਼ ਨਾ ਹੋਏ ਉਹਨਾਂ ਬੱਚਿਆਂ ਦਾ ਫਰਦਰ ਇੱਥੇ ਇਹਨਾਂ ਦਾ ਇੱਕ ਰਿਟਨ ਮੋਟਿਵ ਹੈ ਕਿ ਇੰਨੀ ਅਜਿਹੀ ਸਰਕਮਸਟੈਂਸ ਬਣਾਈ ਜਾਏ ਕਿ ਕੋਈ ਇੱਥੇ ਆਏ ਨਾ ਕਿ ਅਗਰ ਅਸੀਂ ਆਂਗੇ ਸਾਡੇ ਬੱਚੇ ਨੂੰ ਤੁਹਾਡੇ ਤੋਂ ਅਲੱਗ ਕਰਤਾ ਜਾਏਗਾ ਜਿਹੜੀ ਇੱਕ क्रੂਅਲ ਪਨਿਸ਼ਮੈਂਟ ਹੈਗੀ ਹੈ ਸਾਡੀ ਆਪਣੀ ਕਨਸਟੀਟਿਊਸ਼ਨ ਦੇ ਅੰਡਰ ਵਿਚ ਵਿਚ ਇਜ਼ ਵਾਈਟਸ ਅਨ ਕਨਸਟੀਟਿਊਸ਼ਨਲ ਯਾ ਐਂਡ ਇਟਸ ਅ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਅਮ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਾਨੂੰ ਸਮਾਪਤੀ ਕਰਨੀ ਪੈ ਰਹੀ ਹੈ ਬਟ ਇਹ ਟਾਪਿਕ ਇਹ ਕਨਵਰਸੇਸ਼ਨ ਬਿਲਕੁਲ ਜਾਰੀ ਰਹੇਗੀ ਇਸ ਪ੍ਰੋਗਰਾਮ ਨੂੰ ਲੈ ਕੇ ਡਿਬੇਟ ਨੂੰ ਲੈ ਕੇ ਇਲੈਕਸ਼ਨ ਨੂੰ ਲੈ ਕੇ ਖਾਸ ਕਰ ਅਗਰ ਤੁਹਾਡੇ ਕੋਲ ਸਾਡੇ ਲਈ ਕੋਈ ਹੋਰ ਸਵਾਲ ਕੁਐਸਚਨਸ ਕਮੈਂਟਸ ਕਨਸਰਨਸ ਇਹ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com harjot@justbroadcasting.com ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ब्रेक ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਗੱਲ ਹੋ ਰਹੀ ਹੈ ਇਲੈਕਸ਼ਨ ਦੀ ਕੱਲ ਦੀ ਡਿਬੇਟ ਦੀ ਵੱਖ-ਵੱਖ ਵੱਡੇ ਮਸਲੇ ਜੋ ਡਿਸਕਸ ਹੋਏ ਤੇ ਤੁਹਾਡੇ ਵਿਚਾਰ ਸੁਣਨ ਨੂੰ ਅੱਜ ਸਾਡਾ ਜੀ ਕਰ ਰਿਹਾ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਹ ਸਾਰੇ ਮੁੱਦੇ ਮਸਲੇ ਨੂੰ ਲੈ ਕੇ ਕਿੱਥੇ ਖੜੇ ਹੋ ਕਿਸ ਕੈਂਡੀਡੇਟ ਪਿੱਛੇ ਕਿਸ ਇਸ਼ੂ ਦੇ ਪਿੱਛੇ ਅੰਮ ਇਹਨਾਂ ਕਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਤੁਸੀਂ ਜ਼ਰੂਰ ਸਾਨੂੰ ਦੱਸ ਸਕਦੇ ਕਿ ਤੁਸੀਂ ਕਿਹਦੇ ਲਈ ਵੋਟ ਪਾਣੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਹਾਂਜੀ ਅਸ਼ਮਿਤਾ ਜੀ ਬੋਲ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਬਖਸ਼ੀਸ਼ ਸਿੰਘ ਬੋਲ ਰਿਹਾ ਮੈਰੀਲੈਂਡ ਤੋਂ ਜੀ ਦੱਸੋ ਹਾਂ ਗੱਲ ਮੈਂ ਇਹ ਕਹਣੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਹਰਜੋਤ ਜੀ ਨੂੰ ਫਤਿਹ ਤੇ ਜੀ ਗੱਲ ਹੈ ਵੀ ਜਿੰਨੇ ਤੁਹਾਡੇ ਸੁਣੋਤੇ ਆ ਉਹਨਾਂ ਨੂੰ ਫਤਿਹ ਤੇ ਮੈਂ ਇੱਕ ਮੈਸੇਜ ਜਿਹੜਾ ਹੈ ਇਹ ਦੇਣਾ ਚਾਹਨਾ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਕੀ ਹੋਇਆ ਡੈਮੋਕਰੇਸੀ ਡਾਈਜ਼ ਇਨ ਡਾਰਕਨੈਸ व्हाइट हाउस लास्ट जा रही है 40 ईयर तो मैं कहंदा भी ये डार्कनेस रही है डार्कनेस मींस डिक्टेटरशिप तो होण जड़ा ਤੁਸੀਂ ਗੱਲ ਕਰਕੇ ਹਟਿਆ ਦੋ ਤਿੰਨ ਗੱਲਾਂ ਤੁਸੀਂ ਕੀਤੀਆਂ ਇੱਕ ਤੇ ਉਹਦੇ ਆ ਕੌਣਸ ਬਾਰੇ ਕੀਤੀ ਹੈ ਜਿਹੜੀ ਕਿ ਚਾਈਨਾ ਦੇ ਵਿੱਚ ਹੈਗੇ ਆ ਮੈਂ ਉਹਨੂੰ ਇਹੀ ટ્રੰਪਸ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਹਿੰਦੇ ਮੈਂ ਅਸੀਂ ਚਾਈਨਾ ਬੰਦ ਕਰਤੀ ਪਹਿਲਾਂ ਉਹ ਆਪਣੇ ਅਕਾਊਂਟ ਬੰਦ ਕਰਾਵੇ ਫਿਰ ਗੱਲ ਕਰੇ ਕਿ ਮੈਂ ਚਾਈਨਾ ਬੰਦ ਕਰਤੀ ਆ 200 ওভার 200 ਕਿੰਨੇ 20000 समवेयर people have died for corona right corona da ki kita he lied like a hell yesterday on on, on this apna thought sorry jehdi debate hoyi hai debate te jhooth to shut koi oda hor koi palanda nahi si koi ona badal jawab kisi cheez da ditta hi nahi hai ga trump saab nu apa ki keh sakde othe ode white house de vichon patte jehde official hai o bhaj rahe hai kyunki koi truth hai nahi ਉੱਤੇ ਦੀ ਸਾਰੀ ਗੱਲ ਚੱਲ ਰਹੀ ਉੱਥੇ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹਾਂ ਦੇਖੋ ਅਸੀਂ ਇਸ ਕੰਟਰੀ ਦੇ ਵਿੱਚ ਮੈਂ ਵੀ ਬਹੁਤ ਢੇਰ ਤੋਂ ਰਹਿ ਰਿਹਾ ਇਸ ਕੰਟਰੀ ਦੇ ਵਿੱਚ ਇੱਕ ਕੰਟਰੀ ਵੰਡੀ ਪਈ ਹੈ ਜਿਹੜਾ ਕਿ ਮਿਨੋਰਟੀਜ਼ ਹੈ ਉਹਨਾਂ ਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਹੈਗਾ ਤੇ ਨਾਲ ਹੁਣ ਆ ਤੁਸੀਂ ਦੇਖ ਰਹੇ ਹੋ ਕਿੰਨੇ ਬੱਚੇ ਉੱਥੇ ਬਾਰਡਰ ਤੇ ਬੈਠੇ ਆ ਤੇ ਇਹਨੇ ਕੋਈ ਕਲ ਸੌਰੀ ਤੱਕ ਨਹੀਂ ਕਿਹਾ ਕਿ ਮੈਂ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਪੇਰੈਂਟਸ ਹੈ ਨਹੀਂ ਉਹਨਾਂ ਦੇ ਨਾਲ ਤੇ ਬੱਚਿਆਂ ਦਾ ਕੀ ਹਾਲਤ ਹੋਊਗੀ ਠੀਕ ਹੈ ਜੀ ਉਹ ਬਾਰ-ਬਾਰ ਉਹਦੇ ਤੇ ਬਦਲ ਝੂਠੇ ਅਟੈਕ ਕਰਦਾ ਰਿਹਾ ਹੈਗਾ ਸੋ ਮੈਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਆਪਾਂ ਜਿਹੜੇ ਅਗਲੇ 4 ਸਾਲ ਆਣੇ ਹੈਗੇ ਨਾ ਇਹਦੇ ਬਾਰੇ ਸੋਚੀਏ ਜੇ ਅਗਰੇ 4 ਸਾਲ ਤੁਸੀਂ ਫੇਲ ਹੋ ਗਏ ਤੇ ਡੈਮੋਕ੍ਰੇਸੀ ਤਾਂ ਬਿਲਕੁਲ ਹੀ ਤੁਸੀਂ ਭੁੱਲ ਜਾਓ ਇੱਥੇ ਪਤਾ ਨਹੀਂ ਜਿਹੜੇ ਪਿਛਲੇ ਪਹਿਲੇ ਤੁਸੀਂ ਗੱਲ ਕਰਕੇ ਵੀ ਹਟਿਆ ਜਿਹੜੇ ਉਹਨਾਂ ਆ ਰੱਖੇ ਹੋਏ ਬੰਦੇ ਰੱਖੇ ਹੋਏ ਆ ਕਿੱਦਾਂ ਜਾ ਕੇ ਮਿਸ਼ੀਗਨ ਦੇ ਵਿੱਚ ਉਹਨੂੰ ਆ ਦੁਵਰਨ ਨੂੰ ਥ੍ਰੈਡ ਕਰਦੇ ਆ ਤੇ ਹੋਰ ਪਤਾ ਨਹੀਂ ਕਿੱਦਾਂ ਕਿ ਥ੍ਰੈਟਾਂ ਆਉਣਗੀਆਂ ਤੋਂ ਮੈਂ ਜਿਆਦਾ ਨਾ ਲੰਮਾ ਟਾਈਮ ਲੰਮਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਆਪਣੇ ਭੈਣ ਭਰਾਵਾਂ ਨੂੰ ਕਿ ਆਓ ਬਾਹਰ ਨਿਕਲੋ ਸਾਡੇ ਅਸੀਂ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਇੱਥੇ ਰਹਿਣਾ ਹੈਗਾ ਠੀਕ ਹੈ ਸੋ ਸਾਨੂੰ ਆਉਣਾ ਬਾਹਰ ਆਉਣਾ ਚਾਹੀਦਾ ਹੈ ਤੇ ਸਾਨੂੰ ਵੋਟ ਕਰਨੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਇੱਕ ਚੰਗੇ ਬੰਦੇ ਨੂੰ ਜਿਹਦੇ ਕੋਈ ਬਦਲ ਦੇਖੋ ਨਾ ਤੁਸੀਂ ਬਾਈਡਨ ਸਾਹਿਬ ਦਾ ਜਿਹੜਾ ਪਿਛਲਾ ਰੈਕੋਰਡ ਆ ਉਹ ਕੱਢ ਕੇ ਦੇਖੋ ਤੁਸੀਂ ਤੇ ਬਾਕੀ ਕੈਮਲਾ ਹੈਰਿਸ ਉਹਦੇ ਨਾਲ ਹੈਗੀ ਆ ਸੋ ਉਹਨਾਂ ਨੂੰ ਅਸੀਂ ਵਾਈਟ ਹਾਊਸ ਪਹਜਾਈਏ ਤੇ ਅਗਲੇ 4 ਸਾਲ ਸਾਡੇ ਫਾਇਦੇ ਹੋਣ ਇਹ ਮੌਕਾ ਨਾ ਹੁਣ ਹੁੰਜਣ ਪਈਏ ਕਿ ਬੜਾ ਜ਼ਰੂਰੀ ਹੈ ਜਿਹੜੀ ਕੰਟਰੀ ਹੈ ਬਿਲਕੁਲ ਡਿਵਾਈਡ ਹੋਈ ਮੈਂ ਕਹਿੰਦਾ ਕੰਟਰੀ ਇਜ਼ ਵਰਜ ਆਫ ਵਾਰ ਯੂ نو ਜਿਹੜੀ ਕਿ ਇੰਟਰਨਲ ਵਾਰ ਹੋ ਸਕਦੀ ਆ ਸੋ ਇਹਨਾਂ ਹੀ ਸ਼ਬਦਾਂ ਨਾਲ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਜਿਹੜੇ ਮੇਰੇ ਵੀਰ ਸੁਣਦੇ ਆ ਜਰੂਰ ਬਾਹਰ ਨਿਕਲੋ ਤੇ ਡੈਮੋਕ੍ਰੈਟਿਕ ਨੂੰ ਵੋਟ ਕਰੋ ਡੈਮੋਕ੍ਰੇਸੀ ਤਾਂ ਹੀ ਰਹੇ ਸਕਦੀ ਐ ਇਸ ਕੰਟਰੀ ਦੇ ਵਿੱਚ। थैंक यू सो मच बख्शीश जी ਤੁਹਾਡੀ ਕਾਲ ਲਈ ਤੁਸੀਂ ਇੰਨੇ ਪੈਸ਼ਨੇਟਲੀ ਆਪਣਾ ਪੱਖ ਰੱਖਿਆ ਸਾਡੇ ਵਿਊਅਰਸ ਲਈ। ਅਮ ਐਂਡ ਤੁਸੀਂ ਉਸ ਗੱਲ ਨੂੰ ਛੇੜਿਆ ਜੇ ਦੀ ਅਖੀਰ ਚੱਪਾ ਵੀ ਡਿਸਕਸ਼ਨ ਕਰਨਾ ਚਾਹੁੰਦੇ ਆ ਬਹੁਤ ਵੱਡੇ ਲੈਵਲ ਤੇ ਕੱਲ ਇਹ ਚੀਜ਼ ਡਿਸਕਸ ਹੋਈ ਜਿੱਥੇ ਫੈਮਿਲੀ ਸੈਪਰੇਸ਼ਨ ਤੇ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਆਂਦੀ ਹੈ ਆਮ ਯੂ نو ਇਸ ਇਸ ਹਫਤੇ ਰਿਪੋਰਟ ਲਿਖਲੀ ਸੀ ਥੈਟ ਆਮ ਜੋ ਪ੍ਰੈਜ਼ੀਡੈਂਟ 트ੰਪ ਦੀ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਪਾਲਿਸੀ ਫੈਮਿਲੀ ਸੈਪਰੇਸ਼ਨ ਦੀ ਇਨ ਆਨ ਬਾਰਡਰ ਤੇ ਇਨੈਕਟ ਕੀਤੀ ਆਮ ਉਹਦੇ ਕਰਕੇ ਔਰ uh, অলমোਸਟ 550 ਬੱਚੇ ਜਿਨ੍ਹਾਂ ਨੂੰ ਆਪਣੇ ਮਾਪਿਓ ਤੋਂ ਸੈਪਰੇਟ ਕੀਤਾ ਗਿਆ ਸੀ ਇਸ ਵੇਲੇ 트럼ਪਡ ਮਿਨਿਸਟ੍ਰੇਸ਼ਨ ਨੂੰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਫੀਸ਼ਲਸ ਨੂੰ ਜੋ ਇਨ ਬੱਚਿਆਂ ਦੀ ਰਖਵਾਲੀ ਲਈ ਇਨਚਾਰਜ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਮਾਪਿਓ ਕਿੱਥੇ ਹੈਗੇ ਕਿਸ ਤਰ੍ਹਾਂ ਉਹਨਾਂ ਨੂੰ ਕੰਟੈਕਟ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਵਾਪਸ ਉਹ ਰੀਯੂਨਾਈਟ ਕਰ ਸਕਦੇ ਐ ਸੋ ਇਹ ਵੱਡੀ ਖਬਰ ਇਸ ਹਫਤੇ ਲਿਕਲੀ ਐ ਨਾ ਆਫਕੋਰਸ ਡਿਬੇਟ ਵਿੱਚ ਵੀ ਇਹ ਬਹੁਤ ਵੱਡੇ ਲੈਵਲ ਤੇ ਡਿਸਕਸ ਹੋਈ ਆ ਯੂ نو ਹਰਜੋਤ ਇਸ ਚੀਜ਼ ਵਿੱਚ ਬੀਨ ਆਈ ਥਿੰਕ ਇੱਕ ਆਪਾਂ ਕਹਿ ਸਕਦੇ ਐ ਅਗਰ ਪੁਆਇੰਟਸ ਅਲੋਟ ਕਰਨੇ ਹੋਏ ਕੰਪੀਟੀਸ਼ਨ ਦੇ ਵਾਂਗੂ ਆਮ ਇਸ ਇਸ਼ੂ ਨੂੰ ਲੈ ਕੇ ਵੀ ਪੁਆਇੰਟਸ ਪ੍ਰੈਜ਼ੀਡੈਂਟ 트럼ਪ ਨੂੰ ਥੋੜੇ ਜਿਹਾ ਜਾਂਦੇ ਆ ਬਿਕੋਜ਼ ਇਹ ਇਸ਼ੂ ਜਦੋਂ ਰੇਜ਼ ਹੋਇਆ ਡਿਬੇਟ ਦੇ ਵਿੱਚ ਉਹਨਾਂ ਨੇ ਫਟਾਫਟ ਇਹ ਕਿਹਾ ਕਿ ਜੋ ਜੋ ਬਾਈਡਨ ਇਹ ਜੋ ਕੇਜਸ ਹੈਗੇ ਜੋ ਮੈਨੂੰ ਕਿਹਾ ਜਾਂਦਾ ਕਿ ਮੈਂ ਬੱਚਿਆਂ ਨੂੰ ਕੇਜਸ ਵਿੱਚ ਰੱਖਿਆ ਹੈ ਜਾਨਵਰਾਂ ਵਾਂਗੂ ਕਿ ਇਹ ਕੇਜਸ ਬਣਾਏ ਕਿੰਨੇ ਸਨ ਰਾਈਟ that ਇਹ ਜੋ ਪਾਲਿਸੀ ਸੀਗੀ 2014 ਦੀ ਸ਼ੁਰੂ ਹੋਈ ਹੈ ਪ੍ਰੈਜ਼ੀਡੈਂਟ ਓਬਾਮਾ ਦੇ ਅੰਡਰ ਬਟ ਇੱਥੇ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਆ ਇਸ ਚੀਜ਼ ਨੂੰ ਜਦੋਂ ਆਪਾਂ ਹੋਰ ਰਿਸਰਚ ਕੀਤੀ ਦੈਟ ਯੈਸ ਪ੍ਰੈਜ਼ੀਡੈਂਟ ਓਬਾਮਾ ਨੇ ਇਹ ਪਾਲਿਸੀ ਸ਼ੁਰੂ ਕੀਤੀ ਸੀ ਕਿ ਬੱਚਿਆਂ ਨੂੰ ਬਾਰਡਰ ਤੇ ਤਦ ਸੈਪਰੇਟ ਕੀਤਾ ਜਾਏ ਕਿਸੇ ਫੈਮਿਲੀ ਤੋਂ ਜਾਂ ਅਡਲਟ ਤੋਂ ਜਦੋਂ ਇਹ ਉਹਨਾਂ ਨੂੰ ਸ਼ੱਕ ਹੋਏ ਕਿ ਉਹ ਬੱਚਾ ਉਸ ਅਡਲਟ ਦਾ ਨਹੀਂ ਹੈਗਾ ਤਾਂ ਕਿ ਬੱਚਿਆਂ ਨੂੰ ਤੁਸੀਂ ਕਹਿ ਲੋ ਸੈਕਸ ਸਲੇਵਰੀ ਵਿੱਚ ਨਹੀਂ ਅੱਗੇ ਉਹਨਾਂ ਨੂੰ ਯੂਜ਼ ਕੀਤਾ ਜਾਏ ਕਿ ਇਹ ਬੱਚੇ ਇਸ ਬੰਦੇ ਨਾਲ ਨਹੀਂ ਰਿਲੇਟਡ ਤਦ ਉਹਨਾਂ ਨੂੰ ਸੈਪਰੇਟ ਕੀਤਾ ਜਾਂਦੀ ਸੀ ਵਰਸਸ ਪ੍ਰੈਜ਼ੀਡੈਂਟ ਟਰੰਪ ਦੇ ਅੰਡਰ ਜ਼ੀਰੋ ਟੋਲਰੈਂਸ ਪਾਲਿਸੀ ਜੋ ਸੀਗੀ ਉਹ ਇਹੀ ਸੀਗੀ ਐਂ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦੀ ਆ ਮੈਂਟ ਟੂ ਡਿਟਰ ਮਾਈਗ੍ਰੈਂਟਸ ਕੇ ਲੋਕੀ ਕੰਟਰੀ ਨਾ ਆਨ ਇਹ ਸੁਣ ਕੇ ਕਿ ਤੁਹਾਡੇ ਬੱਚੇ ਤੁਹਾਡੇ ਤੋਂ ਛਿੰਲੇ ਜਾਣਗੇ ਐਂਡ ਇਹਦੇ ਵਿੱਚ ਇਹ ਕਿਹਾ ਗਿਆ ਪ੍ਰੋਸੀਕਿਊਟਰਸ ਮੈਂ ਤੁਹਾਡਾ ਕਮੈਂਟ ਜੁਰੀ ਤੇ ਚਾਹਨੀ ਆ ਕਿ ਪ੍ਰੋਸੀਕਿਊਟਰਸ ਕ੍ਰਿਮੀਨਲ ਚਾਰजेस ਫਾਈਲ ਕਰਨ ਹਰੇਕ ਉਸ ਬੰਦੇ ਦੇ ਖਿਲਾਫ ਜੋ ਬਾਰਡਰ ਤੇ ਆ ਰਿਹਾ ਹੈ ਇਨਕਲੂਡਿੰਗ ਪੇਰੈਂਟਸ ਐਂਡ ਜਦੋਂ ਉਹਨਾਂ ਤੇ ਚਾਰजेस ਲਗਾਏ ਜਾਣ ਕਿ ਉਹਨਾਂ ਦੇ ਬੱਚੇ ਭਾਵੇਂ ਉਹਨਾਂ ਨੇ ਕੁਝ ਗਲਤ ਕੀਤਾ ਜਾਂ ਨਹੀਂ ਉਹਨਾਂ ਦੇ ਬੱਚੇ ਉਹਨਾਂ ਤੋਂ ਸੈਪਰੇਟ ਕੀਤੇ ਜਾਣ ਆਮ ਇਸ ਚੀਜ਼ ਨੂੰ ਲੈ ਕੇ ਆਈ ਮੀਨ ਕੀ ਡਿਫੈਂਸ ਆਫਰ ਕਰ ਸਕਦੀ ਹੈ ਪ੍ਰੈਜ਼ੀਡੈਂਟ 트াম্প ਅਡਮਿਨਿਸਟ੍ਰੇਸ਼ਨ ਅਮ ਐਂਡ ਕਿੰਨੇਕ ਲੈਵਲ ਤੇ ਡੂ ਯੂ ਥਿੰਕ ਥੈਟ ਏ ਇਸ਼ੂ ਵੋਟਰਸ ਲਈ ਮਾਇਨੇ ਰੱਖਦਾ ਅ ਅਸ਼ਮਿਤਾ ਜਦ ਇਸ ਕੰਟਰੀ ਵਿੱਚ ਸਲੇਵਰੀ ਦਾ ਇਸ਼ੂ ਸੀਗਾ ਰੈਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਇਸ਼ੂ ਸੀਗਾ ਕਿਸੇ ਲੈਵਲ ਤੇ ਹੱਲੇ ਵੀ ਹੁੰਦਾ ਹੈ ਜਿਹੜੀ ਜੀ ਸਭ ਤੋਂ ਉਸਦੀ ਮੂਡਲੀ ਵਜ੍ਹਾ ਹੈ ਉਹ ਹੈ ਇੱਕ ਪਰਟੀਕੂਲਰ ਸੈਕਟ ਦੀ 휴ਮੈਨਿਟੀ ਨੂੰ ਨਾ ਮੰਨਣਾ ਤੁਸੀਂ ਉਹਨਾਂ ਨੂੰ ਇਨਸਾਨ ਹੀ ਨਾ ਸਮਝੋ ਜਦ ਇਹ this is absolutely true ਕਿ ਇਹ ਜਿਹੜੀ ਸੈਪਰੇਸ਼ਨ ਦੀ ਪਾਲਿਸੀ ਹੈ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੋਈ ਸੀ ਐਂਡ ਐਸ ਯੂ ਸੈਡ ਉਸ ਦੀ ਵਜ੍ਹਾ ਸੀਗੀ ਉਸ ਦੀ ਵਜ੍ਹਾ ਇਹ ਸੀਗੀ ਕਿ ਬਈ ਤੁਸੀਂ ਕਈ ਜਿਹੜੇ ਏਜੰਟਸ ਹੈਗੇ ਯੂ نو ਜੋ ਸਮਗਲਰਸ ਹੁੰਦੇ ਨੇ ਉਹ ਬੱਚਿਆਂ ਨੂੰ ਯੂਜ਼ ਕਰਦੇ ਸੀਗੇ ਅੰਦਰ ਆਉਣ ਵਾਸਤੇ ਦ ਥਿੰਗ ਵਾਸ ਕਿ ਇਵਨ ਅਗਰ ਉਹਨ ਬੱਚਿਆਂ ਨੂੰ ਅਲੱਗ ਰੱਖਿਆ ਜਾਂਦਾ ਸੀਗਾ ਦੇ ਵਰ ਟ੍ਰੀਟਡ ਹਿਊਮਨਲੀ ਉਨਾ ਦੇ ਪੇਰੈਂਟਸ ਨੂੰ ਹਿਮਨਿਟਰੀਟਰੀ ਕੀਤਾ ਜਾਂਦਾ ਸੀਗਾ ਦੇ ਵੈਂਟ ਥਰੂ ਅ ਪ੍ਰੋਸੈਸ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਇਸ ਦੇ ਵਿੱਚ ਉਹਨਾਂ ਨੇ ਮੋਸਟ ਇਨਹਿਊਮਨ ਕੰਡੀਸ਼ਨ ਵਿੱਚ ਉਹਨਾਂ ਨੂੰ ਰੱਖਿਆ ਬੱਚਿਆਂ ਨੂੰ ਯੂ ਨੋ ਪ੍ਰੋਪਰ ਸੈਨੀਟੇਸ਼ਨ ਨਹੀਂ ਦਿੱਤੀ ਗਈ ਔਰ ਇਸ ਵੇਲੇ ਤੱਕ 550 ਐਸੇ ਯੂ ਨੋ ਬੱਚੇ ਹੈਗੇ ਜਿਨ੍ਹਾਂ ਦਾ ਪੇਰੈਂਟਸ ਦਾ ਪਤਾ ਨਹੀਂ ਚੱਲਿਆ ਜਿਨ੍ਹਾਂ ਦਾ ਪਤਾ ਚੱਲਿਆ ਵੀ ਹੈ ਉਹ ਵੀ ਬਾਏ ਕੋਰਟ ਆਰਡਰ ਇੱਦਾਂ ਨਹੀਂ ਕਿ ਇਹਨਾਂ ਨੇ ਬੜੇ ਅੱਛੇ ਰੈਕર્ડਸ ਮੇਨਟੇਨ ਕੀਤੇ ਬਿਕਾਜ਼ ਦੇ ਡਿਡ ਨਾਟ ਈਵਨ ਟ੍ਰੀਟ them ਐਜ਼ ਹਿਊਮਨਸ ਰਾਈਟ ਐਂਡ ਯੂ ਨੋ ਇਸ ਸਟੋਰੀ ਦੇ ਵਿੱਚ ਇੱਕ ਇੰਨੀ ਵੱਡੀ ਆ ਇੱਕ ਹੋਰ ਚੀਜ਼ ਜੋ ਸਾਨੂੰ ਪਤਾ ਲੱਗੀ ਜੋ ਵੱਡੇ ਲੈਵਲ ਤੇ ਰਿਪੋਰਟ ਵੀ ਨਹੀਂ ਹੋ ਰਹੀ ਇਹ ਤਾਂ 550 ਬੱਚੇ ਜਿਨ੍ਹਾਂ ਦੇ ਮਾਪਿਓ ਦਾ ਕਿਸੇ ਨੂੰ ਪਤਾ ਨਹੀਂ ਹੈਗਾ ਰਾਈਟ देयर ਇਜ਼ ਅਬਾਊਟ 360 ਕਿਡਜ਼ ਰਿਪੋਰਟਡ ਅਪ੍ਰੋਕਸੀਮੇਟਲੀ ਇਹ ਵੀ ਨੰਬਰ ਤੁਸੀਂ ਕੁਐਸਚਨ ਜ਼ਰੂਰ ਕਰੋ ਲਗਭਗ 30 300 ਬੱਚੇ ਜਿਨ੍ਹਾਂ ਦਾ ਬੱਚਿਆਂ ਦਾ ਹੀ ਨਹੀਂ ਪਤਾ ਕਿ ਉਹ ਹੈ ਕਿੱਥੇ ਮਾਪਿਓ ਦਾ ਤਾਂ ਛੱਡ ਦੋ there is almost 350 kids ਜਿਨ੍ਹਾਂ ਦਾ ਕੋਈ ਇਸ ਵੇਲੇ ਨਾਮੋ ਨਿਸ਼ਾਨ ਨਹੀਂ ਹੈਗਾ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਰਖਵਾਲੀ ਦੇ ਵਿੱਚ ਪ੍ਰੈਜ਼ੀਡੈਂਟ 트াম্প ਦੀ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਕਰਕੇ ਦਿੱਤੇ ਗਏ ਸੀ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਐਂਡ ਅਸ਼ਵਿਤਾ I'd like to make a comment so she caller ਦੇ ਬਾਦ ਪਕਲ ਕਰਦੇ ਆ ਯਾ ਸਤਿ ਸ਼੍ਰੀ ਅਕਾਲ ਤੁਸੀਂ ਆਨ 에ਰ ਹੋ ਹੈਲੋ ਹਾਂ ਜੀ ਸਿੰਬੋਰ ਜੀ ਡੈਲੋ ਫੋਰਟ ਵਰਤੋਂ ਹਾਂ ਜੀ ਦੱਸੋ ਆਨ ਡਿਬੇਟ ਬਹੁਤ ਵਧੀਆ ਤੁਹਾਡੇ ਚੱਲ ਰਹੀ ਆ ਸੁਣੀ ਦੀ ਆ ਕਿ ਹੰ ਦੇ ਬੇਨਤੀਆਂ ਮੈਂ ਕਰਨੀਆਂ ਜ਼ਰੂਰੀ ਸਮਝਦਾ ਪਲੀਜ਼ ਦੱਸੋ ਜੀ ਅਸੀਂ ਇਸ ਮੁਲਕ ਚ ਮੇਰੇ ਗ੍ਰੈਂਡਫਾਦਰ ਨੂੰ ਵਿਕਟੋਰੀਆ ਕ੍ਰਾਸਪੀਰ ਆ ਜੀ ਨਾ ਆਰਡਰ ਉਹ ਮੇਰੇ 1897 ਚ ਜੀ ਜੋ ਸਾਰਾ ਗੜੀ ਦਾ ਬਦਲਾ ਉਹਨਾਂ ਨੇ ਲਿਆ ਤੇ ਉਹਨਾਂ ਨੂੰ 500 ਰੁਪਏ ਮਿਲਿਆ ਉਹਨਾਂ ਨੇ ਆਪਣੇ ਭਰਾ ਨੂੰ ਅਮਰੀਕਾ ਦੀ ਉਹ ਹਾਇਰ ਯੂਨੀਵਰਸਿਟੀ ਤੋਂ ਐਮਐਸਸੀ ਜੀਓਲੋਜੀ ਕਰਾਈ। ਜੀ। 1899 ਤੋਂ 1901 ਤੱਕ। ਮਤਲਬ ਬਹੁਤ ਪੁਰਾਣੇ ਆ ਅਸੀਂ ਇਸ ਮੁਲਕ ਨਾਲ। ਜੀ। ਕਿਉਂਕਿ ਉਦੋਂ ਰੁਪਈਏ ਦੀ ਕੀਮਤ ਜ਼ਿਆਦਾ ਸੀ ਡਾਲਰ ਦੀ ਘੱਟ ਸੀ। ਕੋਈ ਸਟੇ ਕਰਨ ਦੀ ਦੀ ਗੱਲ ਨਹੀਂ ਸੀ ਸਿਟੀਜ਼ਨ ਬਣਦੇ ਆ ਦੂਜੀ ਤੀਜੀ। ਉਸ ਤੋਂ ਬਾਅਦ ਜਦੋਂ ਸਾਡੀ ਕਮਿਊਨਿਟੀ ਨਾਣਾ ਸ਼ੁਰੂ ਕੀਤਾ ਤੇ ਪਿਆਰਾ ਸੌ ਹੌਂਦ ਨੇ ਇਸ ਮੁਲਕ 'ਚ ਇਲੈਕਸ਼ਨ ਲਾਏ। ਉਹਨਾਂ ਨੂੰ ਸਟੇ ਕਰਨ ਦੀ ਆਜਾ ਨਹੀਂ ਸੀ ਇੱਥੇ। ਜੀ ਪਰ ਉਹਨਾਂ ਨੇ ਲੜਾਈ ਜਿਹੜੀ ਕਿਉਂਕਿ ਇਨੀਅਰ ਸੀ ਬੜਾ ਮਹਿੰਨ ਸੀ ਸੀ ਤਾਂ ਜਾਂ ਕੇਸਿਸ ਸਟੇਬਲ ਹੋਏ ਉਸ ਤੋਂ ਬਾਅਦ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਇੱਥੇ ਐਮਪੀ ਬਣਨ ਨੂੰ ਤਿਆਰ ਨਹੀਂ ਹੋਇਆ ਨਾ ਕਿਸ ਨੇ ਪਰਪਰ ਕੀਤਾ ਨਾ ਕਿਸ ਨੇ ਉਹਨੂੰ ਉਸਲਾਫ ਜਾਂ ਕੀਤੀ ਸੋ ਮੈਂ ਖਾਸ ਕਰ ਪੰਜਾਬੀਆਂ ਲਈ ਤੇ ਸਿੱਖਾਂ ਲਈ ਮਹਿਸੂਸ ਕਰਦਾ ਕਿ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਤੁਹਾਨੂੰ ਵੀ ਇਨ੍ਹਾਂ ਡਿਬੇਟਾਂ 'ਚ ਕੁਝ ਹਿੰਮਤ ਕਰਨੀ ਚਾਹੀਦੀ ਆਦਰਵਾਇਜ਼ ਅਸੀਂ ਪਛੜ ਜਾਵਾਂਗੇ ਇਨੇ ਡੱਜ ਸਾਡੇ 20 ਬੰਦੇ ਬਨੇ ਬੈਠੇ ਆ ਪੰਜ ਮਨਿਸਟਰ ਬਨੇ ਬੈਠੇ ਆ ਹਾਈएस्ट ਪੋਸਟ ਡਿਫੈਂਸ ਬਿਲਟੀ ਲੇ ਬਿਠੇ ਆ ਹੋਰ ਸੂ ਸਟੇਟਾਂ ਚ ਦੂਜਾਂ ਮੁਲਕਾਂ ਚ ਸੋ ਮੈਂ ਮਹਿਸੂਸ ਕਰਦਾ ਕਿ ਅਸੀਂ ਢਿੱਲੇ ਆ ਇਸ ਗੱਲ ਨੂੰ ਮੈਂ ਮੈਨੂੰ ਮੈਂ ਕੋਈ ਵੀ ਮਹਿਸੂਸ ਕਰਦਾ ਨਾ ਕਿ ਕਦੇ ਸਾਨੂੰ ਕਿਸੇ ਨੇ ਨਹੀਂ ਆਖਿਆ ਵੀ ਤੁਸੀਂ ਹਿੰਮਤ ਕਰੋ ਯਾਰ ਤੁਹਾਡੇ ਨਾਲ ਜੀ ਪਰ ਕੀ ਹੋ ਗਿਆ ਸੋ ਸਾਨੂੰ ਆਪਦੇ ਬੰਦਿਆਂ ਨੂੰ ਕਿ ਅਸੀਂ ਜਿਹੜੇ ਗੁਰੂ ਨਾਨਕ ਦੇ ਅਸਲੀ ਜਿਹੜੇ ਆਪਾਂ ਲੋਕ ਪੈਰੋਕਾਰ ਹਨ ਨਾ ਅਸੀਂ ਇਹ ਤੁਸਨ ਸੰਧਾਨ ਵੀ ਗੁਰਨਾਨਕ ਦੀ ਤੋਂ ਗੁਰਦੇ ਇੱਕ ਬਾਸਬ ਦੀ ਸਾਰੀਆਂ ਪੌਲਸੀ ਤੇ ਉੱਤੇ ਸਟੈਂਡ ਕਰਦਾ ਹੈ ਕੁਆਲਿਟੀ ਜੀ ਸੋ ਅਸੀਂ ਤਾਂ ਇਹ ਲੋਕਾਂ ਨੂੰ ਅੱਗੇ ਹੈ ਸਾਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਸਾਨੂੰ ਲੈਣਾ ਚਾਹੀਦਾ ਸਾਡੀ ਕਮਿਊਨਿਟੀ ਨੂੰ ਗੁਰਦੁਆਰੇ ਬਣਾਈ ਜਾਂਦੇ ਅਸੀਂ ਲੜਾਈ ਝਗੜੇ ਕਰੀ ਜਾਂਦੇ ਹਾਂ ਸੋ ਬਹੁਤ ਔਖਾ ਹੋ ਰਿਹਾ ਮੈਨੂੰ ਸੋ ਆਪਾਂ ਨੂੰ ਹਿੰਮਤ ਕਰਨੀ ਚਾਹੀਦੀ ਜੀ ਥੈਂਕ ਯੂ ਸੋ ਮੱਚ ਤੁਹਾਡੀ ਕਾਲ ਲਈ ਸਰ ਐਂਡ ਤੁਹਾਡੇ ਮੈਸੇਜ ਮੈਂ ਸਟ੍ਰੈਸ ਨਹੀਂ ਕਰ ਸਕਦੀ ਅੱਜ ਦੀ ਡੇਟ ਵਿੱਚ ਕਿੰਨਾ ਇੰਪੋਰਟੈਂਟ ਆਈ ਹੋਪ ਸਾਰਿਆਂ ਨੇ ਗੌਰ ਨਾਲ ਸੁਣਿਆ ਕਿ ਤੁਸੀਂ ਕੀ ਕਹਿ ਕੇ ਗਏ ਸਾਨੂੰ ਕਿ ਸਾਨੂੰ ਹਿੰਮਤ ਕਰਕੇ ਇਸ ਪ੍ਰੋਸੈਸ ਦੇ ਵਿੱਚ ਆਪਣੀ ਜਗ੍ਹਾ ਬਣਾਨੀ ਪੈਣੀ ਐ ਨ ਬਣਾਨੀ ਚਾਹੀਦੀ ਇਟਸ ਲੌਂਗ ਓਵਰ 杜 ਅ ਐਨੀ ਕਲੋਜ਼ਿੰਗ ਥੌਟਸ ਆਨ ਦ ਬਿਫੋਰ ਵੀ ਕਲੋਜ਼ ਵਨ ਅ ਕੁਇਕ ਕਮੈਂਟ ਜਿਹੜਾ ਉਹ ਚਾਈਲਡ ਸੈਪਰੇਸ਼ਨ ਵਾਲਾ ਹੈ ਇਹ ਕਹਿਣਾ ਚਾਹੁੰਦਾ ਸੀਗਾ ਕਿ ਕਿਸੇ ਵੀ ਕ੍ਰਾਈਮ ਵਿੱਚ ਕਿਸੇ ਵੀ ਆਫੈਂਸ ਵਿੱਚ ਜਿਹੜਾ ਮੋਟਿਵ ਹੁੰਦਾ ਹੈ ਉਹ ਇੱਕ ਬੜਾ ਵੱਡਾ ਫੈਕਟਰ ਹੈ ਐਸ ਯੂ ਪੁਆਇੰਟਡ ਆਊਟ ਔਰ ਸਾਡੇ ਸੁਣਨ ਵਾਲਿਆਂ ਨਾਸਤੇ ਜਾਨਣਾ ਜ਼ਰੂਰੀ ਹੈ ਕਿ ਵੇਅਰ ਐਜ਼ ਓਬਾਮਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਮੋਟਿਵ ਸੀਗਾ ਕਿ ਉਹ ਅਬਿਊਜ਼ ਨਾ ਹੋਏ ਉਨ ਬੱਚਿਆਂ ਦਾ ਫਰਦਰ ਇਥੇ ਇਹਨਾਂ ਦਾ ਇੱਕ ਰਿਟਨ ਮੋਟਿਵ ਹੈ ਕਿ ਇੰਨੀ ਅਜਿਹੀ ਸਰਕਮਸਟੈਂਸ ਬਣਾਈ ਜਾਏ ਕਿ ਕੋਈ ਇਥੇ ਆਏ ਨਾ ਕਿ ਅਗਰ ਅਸੀਂ ਆਂਗੇ ਸਾਡੇ ਬੱਚੇ ਨੂੰ ਤੁਹਾਡੇ ਤੋਂ ਅਲੱਗ ਕਰਤਾ ਜਾਏਗਾ ਜਿਹੜੀ ਇੱਕ क्रੂਅਲ ਪਨਿਸ਼ਮੈਂਟ ਹੈਗੀ ਹੈ ਸਾਡੀ ਆਪਣੀ ਕਨਸਟੀਟਿਊਸ਼ਨ ਦੇ ਅੰਡਰ ਵਿਚ ਵਿਚ ਇਜ਼ ਵਾਈਟਸ ਅਨ ਕਨਸਟੀਟਿਊਸ਼ਨਲ ਯਾ ਐਂਡ ਇਟਸ ਅ ਵਾਇਲੇਸ਼ਨ ਆਫ ਹਿਊਮਨ ਰਾਈਟਸ ਅਮ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਾਨੂੰ ਸਮਾਪਤੀ ਕਰਨੀ ਪੈ ਰਹੀ ਹੈ ਬਟ ਇਹ ਟਾਪਿਕ ਇਹ ਕਨਵਰਸੇਸ਼ਨ ਬਿਲਕੁਲ ਜਾਰੀ ਰਹੇਗੀ ਇਸ ਪ੍ਰੋਗਰਾਮ ਨੂੰ ਲੈ ਕੇ ਡਿਬੇਟ ਨੂੰ ਲੈ ਕੇ ਇਲੈਕਸ਼ਨ ਨੂੰ ਲੈ ਕੇ ਖਾਸ ਕਰਕੇ So article started. let questions, comments, concerns? You can write to us at justbroadcasting.com dot com. Ashmita justbroadcasting. dot com. Harjyot justbroadcasting. dot com. Hunsanu, dear, jazet saasri kaal.